ਕੋਈ ਗੱਲ ਨਹੀਂ ਸਜਣਾ ਇੱਕ ਵਾਰੀ ਹੋਰ ਪੰਜਾਬ ਦਾ ਸਭ ਤੋਂ ਵੱਡਾ ਸੈਮੀਨਾਰ ਪੰਜਾਬ ਦੇ ਸਭ ਤੋਂ ਵੱਡੇ ਸ਼ਹਿਰ ਵਿੱਚ ਆ ਰਹੀ ਹੈ ਪੰਜਾਬ ਅਡਾ ਦੀ ਪੂਰੀ ਟੀਮ ਤੁਹਾਨੂੰ ਮਿਲਣ ਪੰਜਾਬ ਦੇ ਮੈਂਚੈਸਟਰ ਲੁਧਿਆਣਾ ਵਿਖੇ 7 ਅਕਤੂਬਰ ਨੂੰ ਮਾਲਵੇ ਦੇ ਸ਼ਹਿਰ ਲੁਧਿਆਣਾ ਵਿੱਚ ਹੋਏਗੀ ਤੁਹਾਡੇ ਆਉਣ ਵਾਲੇ ਭਵਿੱਖ ਦੀ ਗੱਲਬਾਤ ਜੁੜਨਾ ਨਾ ਭੁੱਲਿਓ ਕੈਰੀਅਰ ਗਾਈਡੈਂਸ ਦੇ ਸੈਮੀਨਾਰ ਦੇ ਵਿੱਚ 7 ਅਕਤੂਬਰ ਦਿਨ ਸ਼ਨੀਵਾਰ ਅਸੀਂ ਵੀ ਆਵਾਂਗੇ ਤੁਸੀਂ ਵੀ ਆਇਓ ਸਤਿ ਸ਼੍ਰੀ ਅਕਾਲ हाँ जी सात श्रीकाल प्यारे बच्चो सात श्रीकाल जी सात श्रीकाल की हाल चाल ने की हाल चाल ने गुड ईवनिंग गुड ईवनिंग वाला है सहज जी गुड ईवनिंग नहीं हुई बच्चे सहज गुड ईवनिंग नहीं बच्चे गुड आफ्टरनून है हाँ जी सात श्रीकाल जी सात श्रीकाल अगे सुमनप्रीत जी ने भी कहता कहते सर गुड ईवनिंग जी सुमनप्रीत जी गुड ईवनिंग नहीं कॉपी करनी किसी हाँ जी सात श्रीकाल जी सात श्रीकाल की हाल चाल ਹਾਂਜੀ ਪਿਆਰੇ ਬੱਚੋ ਕੀ ਹਾਲ ਚਾਲ ਨੇ ਕੀ ਹਾਲ ਚਾਲ ਨੇ ਸਤਿ ਸ਼੍ਰੀ ਅਕਾਲ ਸਭ ਨੂੰ ਸਤਿ ਸ਼੍ਰੀ ਅਕਾਲ ਪਿਆਰੇ ਬੱਚੋ ਹਾਂਜੀ ਕੀ ਹਾਲ ਚਾਲ ਨੇ ਸਰ ਤੁਸੀਂ ਰਾਜਸਥਾਨ ਗਏ ਹੋਏ ਸੀ ਜੀ ਹਾਂਜੀ ਬਿਲਕੁਲ ਰਾਜਸਥਾਨ ਗਿਆ ਹੋਇਆ ਸੀ ਬੱਚੋ ਮੈਂ ਰਾਜਸਥਾਨ ਗਿਆ ਸੀ ਫੈਮਿਲੀ ਟ੍ਰਿਪ ਸੀ ਰਾਜਸਥਾਨ ਘੁੰਮ ਕੇ ਆਇਆ ਹਾਂਜੀ ਸਤਿ ਸ਼੍ਰੀ ਅਕਾਲ ਪਿਆਰੇ ਬੱਚੋ ਰਾਮ ਰਾਮ ਜੀ ਰਾਮ ਰਾਮ ਬੱਚੋ ਰਾਮ ਰਾਮ ਜੀ ਮੈਂ ਸਰ গুਡ ਮਾਰਨਿੰਗ ਕਿਹਾ ਸੀ ਤੁਹਾਡਾ ਮੈਨੂੰ ਦੇਖਿਆ ਨਹੀਂ ਸ਼ਾਇਦ ਤੁਸੀਂ গুਡ ਮਾਰਨਿੰਗ ਕਿਹਾ ਸੀ ਅੱਛਾ ਜੀ ਕੋਈ গুਡ ਈਵਨਿੰਗ ਕੋਈ গুਡ ਮਾਰਨਿੰਗ ਚਲੋ ਹਾਂਜੀ ਸਾਸ਼ੀ ਕਲ ਪਿਆਰੇ ਬੱਚੋ ਕੀ ਹਾਲ ਚਾਲ ਨੇ ਕੀ ਹਾਲ ਚਾਲ ਨੇ ਹਾਂਜੀ ਹਰ ਹਰ ਮਹਾਦੇਵ ਜੀ ਪ੍ਰਿਆ ਸ਼ਰਮਾ ਜੀ ਹਰ ਹਰ ਮਹਾਦੇਵ ਹਾਂਜੀ ਬਿਲਕੁਲ ਕਾਫੀ ਬੱਚੇ ਲਾਈਵ ਆ ਗਏ ਨੇ ਇਹਨਾਂ ਨੂੰ ਜਿੰਦਲ ਜੀ ਅਮਨ ਸੰਧੂ ਜੀ ਦਿਲਪ੍ਰੀਤ ਕੋ ਦਿਲਪ੍ਰੀਤ ਕੋ ਰੂਪਕੋਰ ਸਹਿਜ ਹਾਂਜੀ ਠੀਕ ਹੈ ਦਿਲਪ੍ਰੀਤ ਕੋਰ ਜੀ ਬਿਲਕੁਲ ਬਲਜੀਤ ਕਜਲਾ ਜੀ ਤੁਸੀਂ ਨਾਮ ਚੇਂਜ ਕਰ ਲਿਆ ਪੰਜਾਬੀ ਦੇ ਵਿੱਚ ਨਾਮ ਕਰ ਲਿਆ ਤਾਂ ਬੱਚੋ ਤੁਹਾਡਾ ਦਾ ਫਾਇਰਮੈਨ ਇੱਕ ਇਨਫੋਰਮੇਸ਼ਨ ਦੇਣੀ ਸੀ ਫਾਇਰਮੈਨ ਦਾ ਪੇਪਰ ਹੋਇਆ ਸੀ ਹੁਣ ਤਾਂ ਮਤਲਬ ਬੱਚਿਆਂ ਦੇ ਕਾਫੀ ਮੈਸੇਜ ਆਏ ਕਿ ਥੈਂਕਸ ਸਰ ਥੈਂਕਸ ਜੀ ਕਿ ਪੇਪਰ ਆਪਣੀ ਬੁੱਕ ਦੇ ਵਿੱਚ ਆਇਆ ਡਿਟੋ ਹੈਨਾ ਬੁੱਕ ਤੇ ਆਪਣੀ ਕਲਾਸਾਂ ਦੇ ਵਿੱਚੋਂ ਡਿਟੋ ਪੇਪਰ ਆਇਆ ਹੈ ਹੈਨਾ ਤਾਂ ਇਹ ਲਗਾ ਲਓ ਕਿ ਫਾਇਰਮੈਨ ਦਾ ਪੇਪਰ ਵੀ ਇਹਨਾਂ ਨੇ ਆਪਣਾ ਕਾਪੀ ਕਰ ਲਿਆ ਮੈਂ ਮਤਲਬ ਇਹ ਪੇਪਰ ਆਇਆ ਨਹੀਂ ਮੈਂ ਮੰਗਵਾਇਆ ਸੀ ਲੈ ਬੀਜ਼ੀ ਸੀ ਮੈਂ ਦੇਖ ਵੀ ਨਹੀਂ ਪਾਇਆ ਬੱਚੇ ਨੇ ਭੇਜਦਾ ਆਊਗਾ ਤਾਂ ਮੈਂ ਉਹਦਾ ਪ੍ਰੂਫ ਵੀ ਲੈ ਕੇ ਆਉਂਗਾ ਡਿਟੋ ਆਪਣੀ ਕਲਾਸਾਂ ਚ ਫਾਇਰਮੈਨ ਨਾਲ ਦਾ ਕੋ ਪੇਪਰ ਕਾਪੀ ਹੈ ਤੇ ਬੋਤਿਕ ਕਹਿੰਦਾ ਕਹਿੰਦਾ ਮਿਹਨਤ ਕਰਨੀ ਪੈਂਦੀ ਹੈ ਕਿਸਮਤ ਬਦਲਣ ਲਈ ਕਹਿੰਦੇ ਕੀ ਕਰਨੀ ਪੈਂਦੀ ਹੈ ਮਿਹਨਤ ਕਰਨੀ ਪੈਂਦੀ ਹੈ ਕਿਸਮਤ ਬਦਲਣ ਬਦਲਣ ਦੇ ਲਈ ਸਾਬਨ ਨਾਲ ਤੋਂ ਹੱਥ ਧੋਕੇ ਕਦੇ ਲਕੀਰਾਂ ਨਹੀਂ ਬਦਲਦੀਆਂ ਬਿਲਕੁਲ ਜੀ ਬਿਲਕੁਲ ਮਿਹਨਤ ਕਰਨੀ ਪੈਂਦੀ ਹੈ ਬੱਚੇ ਜੇ ਤੁਸੀਂ ਕਿਸਮਤ ਬਦਲਨੀ ਹੈ ਸਾਬਨ ਨਾਲ ਹੱਥ ਧੋਕੇ ਲਕੀਰਾਂ ਨਹੀਂ ਬਦਲਦੀਆਂ ਠੀਕ ਹੈ ਜੀ ਬਿਲਕੁਲ ਤਾਂ ਜਿਨ੍ਹਾਂ ਨੇ ਬੱਚਿਆਂ ਨੇ ਐਪ ਨਹੀਂ ਡਾਊਨਲੋਡ ਕੀਤੇ ਐਪ ਜਰੂਰ ਡਾਊਨਲੋਡ ਕਰ ਲਓ ਜਿਸ ਚ ਪ੍ਰੀਮੀਅਮ ਸਟਡੀ ਮਟੀਰੀਅਲ ਕਰੰਟ ਅਫੇਅਰ ਜੌਬ ਅਲਰਟਸ ਜੇ ਲਈ ਕੋਈ ਸਬਜੈਕਟ ਵਾਈਜ਼ ਮੈਗਜ਼ੀਨ ਪਾਵਰ ਕੈਪਸੂਲ ਨਿਊਜ਼ ਆਰਟੀਕਲ ਵੀਡੀਓਜ਼ एवरीथिंग अवेलेबल ਹੈ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪੰਜਾਬ 247 ਚੈਨਲ YouTube ਤੇ ਨਵੇਂ ਹੋ ਤਾਂ ਜਰੂਰ ਸਬਸਕ੍ਰਾਈਬ ਜਰੂਰ ਕਰ ਲੋ ਤੇ ਆ ਆ ਗਿਆ ਬੱਚੋ ਪਹਿਲਾ ਕੁਐਸਚਨ ਹਾਂਜੀ ਪਹਿਲਾ ਕੁਐਸਚਨ ਕੀ ਕਹਿੰਦਾ ਬੱਚੋ ਪਹਿਲਾ ਕੁਐਸਚਨ ਕੀ ਕਹਿੰਦਾ ਤਾਂ ਮੈਨੂੰ ਵੀ ਉੱਥੇ ਇੱਕ ਬੱਚਾ ਵੀ ਮਿਲਿਆ ਹਾਂਜੀ ਫਾਇਰਮੈਨ ਦਾ ਪੇਪਰ ਤਾਂ ਸੌਖਾ ਬਹੁਤ ਸੀ ਸੀ ਜੀ ਬੱਚੋ ਉਹੀ ਗੱਲ ਹੈ ਨਾ ਜਦੋਂ ਚੀਜ਼ ਆਂਦੀ ਹੁੰਦੀ ਹੈ ਉਹ ਤਾਂ ਸੌਖਾ ਬਾਕੀ ਫਾਇਰਮੈਨ ਦਾ ਲੈਵਲ ਵੀ ਈਜ਼ੀ ਸੀ ਲੇਕਿਨ ਆਪਾਂ ਨੂੰ ਐਵੇਂ ਖੁਸ਼ੀ ਹੈ ਕਿ ਕੰਪਿਊਟਰ ਆਪ ਨੇ ਇਕਲਾਸਾਂ ਦੇ ਵਿੱਚੋਂ ਸੀ ਬਾਕੀ ਦਾ ਪੇਪਰ ਦਾ ਪਤਾ ਨਹੀਂ ਲੇਕਿਨ ਕੰਪਿਊਟਰ ਡਿੱਟੋ ਆਪਣੇ ਕਲਾਸਾਂ ਦੇ ਵਿੱਚੋਂ ਆਇਆ ਤਾਂ ਬੱਚੇ ਕਹਿੰਦਾ ਵਿਚ ਆਫ ਦਾ ਫੋਲੋਇੰਗ ਪ੍ਰੋਗਰਾਮ ਇਜ਼ ਯੂਜ਼ਡ ਫॉर ਰੈਸਟ੍ਰਿਕਟ ਦਾ ਵੈਬਸਾਈਟ ਸਿਲੈਕਟਡ ਵੈਬਸਾਈਟਸ ਬਿਲਕੁਲ ਚੁਣੀਆਂ ਗਈਆਂ ਵੈਬਸਾਈਟਾਂ ਤੱਕ ਪਹੁੰਚ ਨੂੰ ਸੀਮਿਤ ਕਰਨ ਲਈ ਹੇਠਾ ਦਿੱਤੇ ਪ੍ਰੋਗਰਾਮਾਂ ਵਿੱਚੋਂ ਕਿਹੜਾ ਪ੍ਰੋਗਰਾ ਬਿਲਕੁਲ ਪਿਆਰੇ ਬੱਚੋ ਸਬਦਾਂ ਸੁਣਾਉਣਾ ਚਾਹੀਦਾ ਕਹਿੰਦੇ ਵਿਚ ਆਫ ਦਾ ਫੋਲੋਇੰਗ ਪ੍ਰੋਗਰਾਮ ਇਸ ਯੂਜ਼ ਟੂ ਰੈਸਟ੍ਰਿਕਟ ਦਾ ਅਕਸੈਸ ਟੂ ਦਾ ਸਿਲੇਕਟਡ ਵੈਬਸਾਈਟ ਚੁਨੀਏ ਗਈ ਵੈਬਸਾਈਟਾਂ ਵਿੱਚੋਂ ਤੱਕ ਪਹੁੰਚ ਨੂੰ ਸੀਮਿਤ ਕਰਨ ਲਈ ਹੇਠਾਂ ਲਿਖਿਆ ਵਿੱਚੋਂ ਕਿਹੜਾ ਪ੍ਰੋਗਰਾਮ ਵਰਤਿਆ ਜਾਂਦਾ ਹੈ ਹਾਂਜੀ ਜਸਟ 1 ਮਿੰਟ ਬੱਚੋ ਹਾਂਜੀ ਕਲਾਸ 8ਵੀਂ ਮੇਰੇ ਕੋਲ ਹਾਂਜੀ ਬਿਲਕੁਲ ਬੱਚੋ ਸਭ ਦਾ ਅਨਸਰ ਹਨ ਜਿਹਦੇ ਚੁਣੀਆਂ ਗਈਆਂ ਵੈਬਸਾਈਟਾਂ ਤੱਕ ਪਹੁੰਚ ਨੂੰ ਸੀਮਿਤ ਕਰਨ ਲਈ ਹੇਠਾਂ ਦਿੱਤੇ ਵਿੱਚੋਂ ਕਿਹੜਾ ਪ੍ਰੋਗਰਾਮ ਵਰਤਿਆ ਜਾਂਦਾ ਹੈ ਤਾਂ ਅਨਸਰ ਆਣਗੇ ਪਿਆਰੇ ਬੱਚੋ ਫਿਲਟਰ ਜਾਣਗੇ ਫਿਲਟਰਸ ਕੀ ਆਊਗਾ ਪਿਆਰੇ ਬੱਚੋ ਫਿਲਟਰਸ ਕੁਝ ਵੈਬਸਾਈਟਾਂ ਪਰ ਰੈਸਟ੍ਰਿਕਟ ਕਰ ਦਿੰਦੇ ਆ ਰੈਸਟ੍ਰਿਕਟ ਕਰ ਦਿੰਦੇ ਆ ਕਿ ਕਿ ਉਹ ਵੈਬਸਾਈਟਾਂ ਕੀ ਹੈ ਕਿ ਇਹ ਨਹੀਂ ਓਪਨ ਹੋਣਗੀਆਂ ਜਿਵੇਂ ਮੈਨੇ ਦੱਸਿਆ ਹੋਇਆ ਤੁਹਾਨੂੰ ਜਿਵੇਂ ਆਪਣੇ ਕਾਲਜ 'ਚ ਫੇਸਬੁੱਕ ਬੈਨ ਹੁੰਦੀ ਹੈ ਹੈਨਾ ਜਾਂ ਆਪਣੇ ਕੋਲੇ ਜਿਵੇਂ ਕਾਫੀ ਚੀਜ਼ਾਂ ਬੈਨ ਹੁੰਦੀਆਂ ਨੇ ਜਿਵੇਂ ਆਪਾਂ ਨੇ ਟਿਕਟੋਕ ਬੈਨ ਕਰਤਾ ਸੀ ਕੰਟਰੀ 'ਚ ਵੀ ਨਹੀਂ ਟਿਕਟੋਕ ਨਹੀਂ ਸਾਡੇ ਕੰਟਰੀ 'ਚ ਓਪਨ ਹੋਊਗਾ ਲੋਕ ਕਹਿੰਦੇ ਕਿ ਬੇਰੋਜ਼ਗਾਰ ਹੋ ਗਏ ਅਸੀਂ ਹੈਨਾ ਸਾਡੇ ਟਿਕਟੋਕ ਨਾਲੇ ਰੋਜ਼ਗਾਰ ਚੱਲਦਾ ਸੀ ਇਹ ਸਭ ਕੁਝ ਚਾਈਨਾ ਕਰਵਾ ਰਿਆ ਸੀ ਆਪਣਾ ਫਰੋਡ ਕਰਵਾ ਰਿਆ ਸੀ ਆਪਣਾ ਡਾਟਾ ਕਾਪੀ ਕਰਵਾ ਰਿਆ ਸੀ ਚਾਈਨਾ ਹੈਨਾ ਤਾਂ ਬੱਚੋ ਕੀ ਹੈ ਫਿਲਟਰਸ ਦੇ ਨਾਲ ਆਪਣਾ ਕੀ ਹੈ ਬੱਚੋ ਫਿਲਟਰਸ ਦੇ ਨਾਲ ਆਪਾਂ ਬਲੌਕ ਕਰ ਦਿਨੇ ਆ ਵੈਬਸਾਈਟਸ हाँ जी बिल्कुल, बिल्कुल तो आंसर किया होगा प्यरे बच्चों फिल्टर आऊगा बिल्कुल कहते फिल्टर इज़ ए प्रोग्राम और रहे सेक्शन कोड दैट इज़ डिजाइन टू एग्जामिन ईच इनपुट आउटपुट रिक्वेस्ट फॉर ए सर्टेन क्वालिफाइंग क्राइटेरिया एंड प्रोसेस टू फॉरवर्ड इट बिल्कुल फिल्टर चेक कर दे कि जिम्मे टिकटॉक खोलनी है भी टिकटॉक ओपन होगी नहीं होगी तो कौन डिसाइड कर दे रेस्ट्रिक्शन लगा देना कुछ वैबसाइट से तो उन्होंने की कहें पेरे बच्चों आप फिल्टर के नाम ना जाते हैं कि नाम ना जानते हैं ਫਿਲਟਰ ਦੇ ਨਾਮ ਨਾਲ ਨੈਕਸਟ ਬੱਚੇ ਵਿਚ ਆਫ ਦਾ ਫੋਲੋਇੰਗ ਆਫ ਇਸ ਪ੍ਰੋਗਰਾਮ ਆਫਰਸ ਅ ਐਨੀਮੇਸ਼ਨ ਫੀਚਰ ਹਾਂਜੀ ਹੇਠਾਂ ਦਿੱਤੇ ਆ ਵਿੱਚੋਂ ਆਫਿਸ ਪ੍ਰੋਗਰਾਮ ਆ ਵਿੱਚੋਂ ਕਿਹੜਾ ਐਨੀਮੇਸ਼ਨ ਦੀ ਪੇਸ਼ਕਸ਼ ਕਰਦਾ ਹੈ ਗੁੱਡ ਆਫਟਰਨੂੰ ਜੀ ਗੁੱਡ ਆਫਟਰਨੂੰ ਬੱਚੇ ਮੈਂ ਹੁਣੇ ਪਹੁੰਚਿਆ ਜਸਟ 1 ਮਿੰਟ ਪਹਿਲਾਂ ਪਹੁੰਚਿਆ 2 55 ਤੇ ਪਹੁੰਚ ਗਿਆ ਸੀ ਪੰਜ ਮਿੰਟ ਪਹਿਲਾਂ ਪਹੁੰਚ ਗਿਆ ਸੀ 2 55 ਤੇ ਆ ਗਿਆ ਸੀ ਬੰਕ ਕਲਾਸ ਲਾਣ ਲਈ ਤੁਹਾਡੀ ਮੈਂ ਕਿਹਾ ਸ਼ੁਕਰ ਹੈ ਟਾਈਮ ਤੇ ਪਹੁੰਚ ਗਿਆ ਹਾਂਜੀ ਤਾਂ ਕੀ ਕਹਿੰਦੇ ਕਹਿੰਦੇ ਹੈਠਾ ਦਿੱਤੇ ਵਿੱਚੋਂ ਆਫਿਸ ਪ੍ਰੋਗਰਾਮ ਵਿੱਚੋਂ ਕਿਹੜਾ ਐਨੀਮੇਸ਼ਨ ਫੀਚਰ ਦੀ ਪੇਸ਼ਕਸ਼ ਕਰਦਾ ਹੈ ਤਾਂ ਵਰਡ ਐਕਸਲ ਪਾਵਰਪੁਆਇੰਟ ਜਾਂ ਐਸੈਸ ਹਾਂਜੀ ਗੁੱਡ ਆਫਟਰਨੂੰ ਜੀ ਹਰਦੀਪ ਕੌਰ ਜੀ ਇਸ ਵਾਰ ਤੁਸੀਂ ਦੁਪਹਿਰੇ ਕਲਾਸ ਲਗਾ ਰਹੇ ਹੋ ਕਿਉਂਕਿ ਸ਼ਾਮ ਨੂੰ ਕਲਾਸ ਲੱਗਦੀ ਨਹੀਂ ਆਪਣੀ ਹੈਨਾ ਤੁਸੀਂ ਜਨਰਲੀ ਇਵਨਿੰਗ ਕਲਾਸ ਲਗਾਉਂਦੇ ਸੀ ਹਾਂਜੀ ਤਾਂ ਇਹ ਟੈਟਾ ਦਿੱਤਾ ਵਿੱਚ ਆਫਿਸ ਪ੍ਰੋਗਰਾਮਾ ਵਿੱਚੋਂ ਕਿਹੜਾ ਫੀਚਰ ਹੈ ਬੱਚੋ ਐਨੀਮੇਸ਼ਨ ਫੀਚਰ ਦੀ ਪੇਸ਼ਕਸ਼ ਕਰਦਾ ਹੈ ਤਾਂ ਕਿਹੜਾ ਕਰਦਾ ਪਹਿਲੇ ਬੱਚੋ ਵਰਡ ਐਕਸਲ ਪਾਵਰਪੁਆਇੰਟ ਜਾਂ ਐਸੈਸ ਤਾਂ ਕਿਹੜਾ ਕਰਦਾ ਪਹਿਲੇ ਬੱਚੋ ਆਪਣੇ ਕੋਲੇ ਪਾਵਰਪੁਆਇੰਟ ਐਨੀਮੇਸ਼ਨ ਕਿਚ ਲੱਗਦੇ ਪਹਿਲੇ ਬੱਚੋ ਪਾਵਰਪੁਆਇੰਟ ਦੇ ਵਿੱਚ ਲੱਗਦੇ ਬਿਲਕੁਲ ਤਾਂ ਸੀ ਇਜ਼ ਦਾ ਰਾਈਟ ਆਨਸਰ ਤਾਂ ਕੀ ਹੋਊਗਾ ਪਹਿਲੇ ਬੱਚੋ ਪਾਵਰਪੁਆਇੰਟ ਦੀ ਫਾਈਲ ਐਕਸਟੈਂਸ਼ਨ ਕੀ ਹੁੰਦੀ ਹੈ .ppt ਕਿੰਨੀ ਕੀ ਹੁੰਦੀ ਹੈ ਪਹਿਲੇ ਬੱਚੋ .ppt ਜੇ ਆਪਾਂ 2003 ਦੀ ਗੱਲ ਕਰੀਏ ਹੈ ਨਾ 2007 ਤੇ ਜਿੰਨੇ ਵੀ ਅਪਵਰਡ ਵਰਜਨ ਆਗੇ ਤਾਂ ਸਭ ਦੀ ਕੀ ਰੋਗੀ ਪਰੇ ਬੱਚੋ .pptx x ਹਾਂਜੀ ਬਿਲਕੁਲ ਤਾਂ pptx ਦੇ ਵਿੱਚ ਕਈ ਵਾਰ x ਦਾ ਪੁੱਛ ਲੈਂਦਾ ਵੀ x ਕਾਦੇ ਵਾਸਤੇ ਯੂਜ਼ ਕਰਦੇ ਆ ਪਰੇ ਬੱਚੋ x ਯੂਜ਼ ਕਰਦੇ ਆ ਆਪਾਂ ਸਟੈਂਡਰਡ ਵਾਸਤੇ ਕਾਦੇ ਵਾਸਤੇ ਯੂਜ਼ ਕਰਦੇ ਆ ਪਰੇ ਬੱਚੋ ਐਕਸਟੈਂਡਡ ਵਾਸਤੇ ਯੂਜ਼ ਕੀਤੀ ਜਾਂਦੀ ਹੈ pp ਪੰਜਾਬ ਪੁਲਿਸ ਹਾਂ gana asne k kehnde mode te pp likhai firda hai hai na ਸਰ 10 ਵਜੇ ਵਾਲੀ ਕਲਾਸ ਕਿਉਂ ਨਹੀਂ ਲੱਗਦੀ ਨਹੀਂ ਬੱਚੋ 10 ਵਜੇ ਵਾਲੀ ਕਲਾਸ ਨਹੀਂ ਲੱਗਦੀ ਕਿਉਂਕਿ ਇੱਕ ਕਲਾਸ ਹੀ ਚੱਲਦੀ ਆਪਣੀ ਲਾਈਵ ਹੈਨਾ 2 ਵਜੇ ਚੱਲਦੀ ਹੈ ਤੇ 10 ਵਜੇ ਆਪਣੀ ਕਲਾਸ ਨਹੀਂ ਲੱਗਦੀ ਬੱਚੋ ਨੈਕਸਟ ਆ ਬੱਚੋ ਐਮ ਐਸ ਪਾਵਰਪੁਆਇੰਟ ਵਿੱਚ ਵਿਜ਼ੂਅਲ ਹਰਕਤਾਂ ਨੂੰ ਕਿਹਾ ਜਾਂਦਾ ਜਦੋਂ ਅਸੀਂ ਇੱਕ ਸਲਾਈਡ ਨੂੰ ਦੂਜੀ ਸਲਾਈਡ ਵਿੱਚ ਬਦਲ ਜਾਂਦੀ ਹੈ ਬਿਲਕੁਲ ਕਹਿੰਦੇ ਇਹਨਾਂ MS ਪਾਵਰਪੁਆਇੰਟ ਵਟ ਆਰ ਦਾ ਵਿਜ਼ੂਅਲ ਮੂਵਮੈਂਟ ਰੈਫਰੈਂਸ ਰੈਫਰ ਟੂ ਦਾ ਵੈਨ ਵਾਂਸ ਸਲਾਈਡ ਚੇਂਜਸ ਟੂ ਦਾ ਅਨਦਰ ਸਲਾਈਡ ਬਿਲਕੁਲ ਜਦੋਂ ਇੱਕ ਸਲਾਈਡ ਦੂਜੀ ਸਲਾਈਡ ਦੇ ਵਿੱਚ ਬਦਲ ਜਾਂਦੀ ਹੈ ਤਾਂ ਉਹਨੂੰ ਵਿਜ਼ੂਅਲ ਮੂਵਮੈਂਟਸ ਨੂੰ ਕੀ ਕਹਿੰਦੇ ਆਪਾਂ ਸਲਾਈਡ ਮੂਵਮੈਂਟ ਸਲਾਈਡ ट्रांजिशन ਸਲਾਈਡ ਚੇਂਜ ਜਾਂ ਸਲਾਈਡ ਟਰਾਂਸਫਰਮੇਸ਼ਨ ਹਾਂਜੀ ਕੀ ਕਿਹਾ ਜਾਂਦਾ ਪਰ ਬੱਚੋ ਕੀ ਕਹਿੰਦੇ ਸੋਨੂੰ ਵਰਬਲ ਜੀ ਕਹਿੰਦੇ ਸਲਾਈਡ ਟ੍ਰਾਂਸਫਰ ਬਿਲਕੁਲ ਜੀ ਬਿਲਕੁਲ ਬੱਚੋ ਬੁੱਕ ਕਿੰਨਾਂ ਦੀ ਪੈਂਡਿੰਗ ਵਾਲੇ ਜਿਨ੍ਹਾਂ ਨੇ ਬੁੱਕ ਨਹੀਂ ਲਈ ਹਲੇ ਤੱਕ ਬੁੱਕ ਨਹੀਂ ਲਈ ਕਿਸੇ ਦੀ ਪੈਂਡਿੰਗ ਤਾਂ ਨਹੀਂ ਕਿਸੇ ਦੀ ਬੁੱਕ ਨਾ ਆਈ ਹੋਵੇ ਵੀ ਸਰ ਹਲੇ ਸਾਡੀ ਬੁੱਕ ਨਹੀਂ ਆਈ ਗੜਬੜ ਹੋਗੀ तो बच्चों ईद एम एस पावर पॉइंट विजुअल इन मूवमेंट्स रेफर टू वैन वन स्लाइड टू चेंज अनदर स्लाइड तो उन्होंने की कहें पेरे बच्चों स्लाइड ट्रांजिशन किया जाता है की कहें पेरे बच्चों स्लाइड ट्रांजिशन कहें हाँ बिल्कुल तो की होगा पेरे बच्चो स्लाइड ट्रांजिशन इज द राइट आंसर बी आऊगा बचो बी बिल्कुल स्लाइड ट्रांजिशन तो बच्चों की अपने को कह स्लाइड ट्रांजिशन इज द विजुअल इफेक्ट्स दैट अकर वैन यू मूव फ्रॉम ए वन ਸਲਾਈਡ ਟੂ ਦਾ ਨੈਕਸਟ ਡੂਰਿੰਗ ਦਾ ਪ੍ਰੈਜੈਂਟੇਸ਼ਨ ਬਲਕ ਬਿਲਕੁਲ ਜਿਦੋਂ ਆਪਾਂ ਇੱਕ ਸਲਾਈਡ ਤੇ ਦੂਜੀ ਸਲਾਈਡ ਤੇ ਮੂਵ ਕਰਦੇ ਆਂ ਬੱਚੋ ਤਾਂ ਉਹਨੂੰ ਕੀ ਕਹਿੰਦੇ ਆ ਪੈਰੇ ਬੱਚੋ ਆਪਾਂ ਸਲਾਈਡ ट्रांजिशनਸ ਕਹਿੰਦੇ ਆ ਟਰਾਂਸਫਾਰਮੇਸ਼ਨ ਨਹੀਂ ਆਊਗਾ ट्रांजिशनਸ ਆਊਗਾ ਸੋ ਉਹਨੂੰ ਵਰਬਲ ਜੀ ਹਾਂਜੀ ਨੈਕਸਟ ਆnde ਪਰ ਬੱਚੋ ਨੈਕਸਟ ਹਲੇ ਤੱਕ ਸੈਸ਼ਨ ਨੂੰ ਲਾਈਕ ਨਹੀਂ ਕੀਤਾ ਯਾਰ ਐਂ ਤਾਂ ਗੱਲ ਗਲਤ ਐ ਦੇਖੋ ਐਨੇ ਪਿਆਰੇ ਬੱਚਿਓ ਤੁਸੀਂ ਹੈਨਾ ਸੈਸ਼ਨ ਨੂੰ ਹਲੇ ਤੱਕ ਲਾਈਕ ਨਹੀਂ ਕੀਤਾ ਤਾਂ ਜਲਦੀ ਜਲਦੀ ਪਹਿਲਾਂ ਲਾਈਕ ਦਾ ਬਟਨ ਖੜਕਾਓ ਜਲਦੀ ਜਲਦੀ ਲਾਈਕ ਖੜਕਾਓ ਰੂਪਕੌਰ ਜੀ ਸਰ ਬੁੱਕ ਤਾਂ ਮੈਂ 4 ਚੈਪਟਰ ਕਰ ਲਈ ਜੀ ਕੁਐਸਚਨ ਵੀ ਬਹੁਤ ਵਧੀਆ ਐ ਜੀ ਠੀਕ ਹੈ ਬੱਚੇ ਥੈਂਕ ਯੂ ਜੀ ਜੈਤਿਨ ਸੈਣੀ ਜੈਨ ਸਰ ਜਿੰਦਾਬਾਦ ਗੁੱਡ ਆਫਟਰਨੂੰ ਜੀ ਗੁੱਡ ਆਫਟਰਨੂੰ ਯਾਰ ਮੈਂ ਤੁਹਾਨੂੰ ਦੱਸਿਆ Rajasthan ਗਿਆ ਹੋਇਆ ਸੀ ਮੈਨੂੰ ਉੱਥੇ ਵੀ ਸਟੂਡੈਂਟ ਮਿਲ ਗਿਆ ਕਹਿੰਦਾ ਸਰ ਜੀ ਸੱਚੀ ਗੱਲ ਮੈਂ ਕਹਾ ਸੱਚੀ ਗੱਲ ਬੱਚੇ ਮੈਂ ਕਹਾ ਕਿੱਥੋਂ ਕਹਿੰਦਾ ਜੀ ਮੈਂ ਮਾਨਸਾ ਤੋਂ ਆ ਪੰਕਜ ਗੋਇਲ ਸ਼ਾਇਦ ਮੇਰੀ ਪੇਡ ਕਲਾਸ ਦੇ ਵਿੱਚ ਆਂਦਾ YouTube ਤਾਂ ਨਹੀਂ ਮੈਨੂੰ ਪਤਾ ਪੇਡ ਕਲਾਸ ਦੇ ਵਿੱਚ ਆਂਦਾ ਕਹਿੰਦਾ ਸਰ ਮੈਂ ਪੰਕਜ ਗੋਇਲ ਆ ਜੀ ਮਾਨਸਾ ਤੋਂ ਮੈਂ ਕਹਾ ਠੀਕ ਹੈ ਕਹਿੰਦਾ ਪੇਡ ਕਲਾਸਾਂ ਲੜਨਾ ਤਾਂ ਲਗਾ ਲੋ ਕਿ ਵਧੀਆ ਲੱਗਦਾ ਹੈ ਹੈਨਾ ਤੇ ਉੱਥੇ ਵੀ ਮੈਨੂੰ Rajasthan ਵੀ ਪੰਕਜ ਗ ਤਕੰਦੇ ਬੱਚੋ ਡੈਸ਼ ਇਜ਼ ਅ ਪ੍ਰੋਗਰਾਮ ਥੈਟ ਅਪੀਅਰਸ অর ਪਰਟੈਂਟ ਟੂ ਬੀ ਜੈਨੂਇਨ ਐਪਲੀਕੇਸ਼ਨ ਬਿਲਕੁਲ ਕਿਹੜਾ ਪ੍ਰੋਗਰਾਮ ਹੈ ਜਿਹੜਾ ਦੇਖਣ ਚ ਆਪਾਂ ਨੂੰ ਜੈਨੂਇਨ ਐਪਲੀਕੇਸ਼ਨ ਲੱਗਦਾ ਹੈ ਬਟ ਐਕਚੁਅਲੀ ਕਾਸ ਦਾ ਡੈਮੇਜ ਟੂ ਦਾ ਐਗਜ਼ੀਕਿਊਟੇਬਲ ਫਾਈਲਸ ਓਨ ਯੂਅਰ ਕੰਪਿਊਟਰ ਹਾਂਜੀ ਕਹਿੰਦੇ ਕਿ ਇੱਕ ਅਜਿਹਾ ਪ੍ਰੋਗਰਾਮ ਜੋ ਅਸਲੀ ਐਪਲੀਕੇਸ਼ਨ ਹੋਣ ਦਾ ਦਿਖਾਵਾ ਕਰਦਾ ਬਿਲਕੁਲ ਕਿਹੜਾ ਪ੍ਰੋਗਰਾਮ ਬੱਚੇ ਜਿਹੜਾ ਅਸਲੀ ਐਪਲੀਕੇਸ਼ਨ ਹੋਣ ਦਾ ਦਿਖਾਵਾ ਕਰਦਾ ਪਰ ਅਸਲ ਵਿੱਚ ਕੰਪਿਊਟਰ ਤੇ ਚੱਲਣ ਯੋਗ ਫਾਈਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਤਾਂ ਉਹਨੂੰ ਕੀ ਕਹਿੰਦੇ ਨੇ ਪੈਰੇ ਬਚੋ ਟ੍ਰੋਜਨ ਹਾਰਸ ਐਡਵੇਅਰ ਸਪਾਈਵੇਅਰ ਵਾਰਮ ਹਾਂਜੀ ਬਿਲਕੁਲ ਸਰ ਅੱਜ ਬਹੁਤ ਵਧੀਆ ਲੱਗਿਆ ਲੱਗਿਆ ਜੀ ਕਈ ਦਿਨਾਂ ਬਾਅਦ ਕਲਾਸ ਲੱਗ ਰਹੀ ਹੈ ਹਾਂਜੀ ਬੱਚੋ ਕਾਫੀ ਦਿਨਾਂ ਬਾਅਦ ਕਲਾਸ ਲੱਗ ਰਹੀ ਹੈ ਤਾਂ ਬੱਚੇ ਉਹ ਕਿਹੜਾ ਸੌਫਟਵੇਅਰ ਜਿਹੜਾ ਦੇਖਣ ਤੁਹਾਨੂੰ ਐ ਲੱਗਦਾ ਵੀ ਯਾਰ ਇਹ ਜੈਨੂਇਨ ਹੋਣਾ ਲੇਕਿਨ ਹੈ ਕਿ ਇਹ ਉਹ ਬਿਲਕੁਲ ਉਹ ਤਾਂ ਕੀ ਕਰਦੇ ਪਹਿਰੇ ਬੱਚੂ ਨੁਕਸਾਨ ਕਰਦੇ ਤੁਹਾਡੇ ਸਿਸਟਮ ਨੂੰ ਦੇ ਕਈ ਵਾਰ ਐ ਲਿਖਿਆ ਹੁੰਦਾ ਨਾ ਵੀ ਗਦਰ ਟੂ ਡਾਊਨਲੋਡ ਕਰੋ ਹੈਨਾ ਤਪਨ ਹੋ ਗਿਆ ਵੀ ਗਦਰ 2 ਮਿਲ ਗਈ ਉਹ ਵੀ ਐਚਡੀ ਪ੍ਰਿੰਟ ਚ ਕਿਹੜੇ ਚ ਐਚਡੀ ਪ੍ਰਿੰਟ ਚ ਆਪਾਂ ਕਹਿੰਦੇ ਆ ਸੋ ਸੋਨੇ ਤੇ ਸੁਹਾਗਾ ਹੋਗਾ ਇੱਕ ਤਾਂ ਗਦਰ 2 ਮਿਲ ਗਈ ਇੱਕ ਐਚਡੀ ਪ੍ਰਿੰਟ ਮਿਲ ਗਈ ਹੈ ਨਾ ਜਲਦੀ ਜਲਦੀ ਆਪਾਂ ਬਿਨਾਂ ਦੇਖੇ ਡਾਊਨਲੋਡ ਉੱਤੇ ਕਲਿੱਕ ਕਰ ਦਿੰਨੇ ਆ ਡਾਊਨਲੋਡ ਤੇ ਕਲਿੱਕ ਕਰ ਦੇ ਲੇਕਿਨ ਉਹ ਹੁੰਦਾ ਕੀ ਆ ਵਾਇਰਸ ਹੁੰਦਾ ਕੀ ਹੁੰਦਾ ਪਿਆਰੇ ਬੱਚੋ ਵਾਇਰਸ ਹੁੰਦਾ ਤਾਂ ਉਹ ਕਿਹੜਾ ਵਾਇਰਸ ਕਹਿੰਦੇ ਨੇ ਆਪਾਂ ਟ੍ਰੋਜਨ ਹਾਰਸ ਵਾਇਰਸ ਕਹਿੰਦੇ ਆ ਕੀ ਕਹਿੰਦੇ ਆ ਪਿਆਰੇ ਬੱਚੋ ਟ੍ਰੋਜਨ ਹਾਰਸ ਵਾਇਰਸ ਜਿਹੜਾ ਕੀ ਆ ਬੱਚੋ ਆਪਣਾ origional ਹੁੰਦਾ ਦਿਖਾਵਾ ਕਰਦਾ ਲੇਕਿਨ ਹੁੰਦਾ ਅਗੋਂ ਨਕਲੀ ਬੰ ਬੱਚੋ ਹਾਂਜੀ ਤਾਂ ਬੱਚੋ ਟ੍ਰੋਜਨ ਹਾਰਸ ਕਹਿੰਦੇ ਆ ਸਰ ਜੀ ਸੀਐਮ ਆਈਡੀ ਤੋਂ ਹੋਰ ਬੁੱਕ ਆਰਡਰ ਕਰ ਸਕਦੇ ਆ ਬਿਲਕੁਲ ਕਰ ਸਕਦੇ ਹੋ ਬੱਚੇ ਬਿਲਕੁਲ ਕਰ ਸਕਦੇ ਹੋ ਰੂਪਕੌਰ ਜੀ ਤਾਂ ਟ੍ਰੋਜਨ ਹਾਰਸ ਟ੍ਰੋਜਨ ਇਜ਼ ਅ ਟਾਈਪ ਆਫ ਮੈਲੀਸ਼ੀਅਸ ਸੌਫਟਵੇਅਰ ਦੈਟਸ ਲੁਕਸ ਟੂ ਬੀ ਲੈਗਮਿਟੇਟ ਦੇਖਣ ਤੋਂ ਕੀ ਹੈ ओरिजिनल ਲੱਗਣਗੇ ਲੇਕਿਨ ਹੈ ਕੀ ਹੈ ਤੁਹਾਡੇ ਡੈਮੇਜ ਨੂੰ ਇਨਫੈਕਟਸ ਡੈਮੇਜ ਨੂੰ ਫਾਈਲਸ ਨੂੰ ਡੈਮੇਜ ਕਰ ਦਣਗੇ ਤੁਹਾਡੇ ਸਿਸਟਮ ਨੂੰ ਕਰਪਟ ਕਰ ਦਣਗੇ ਤਾਂ ਟ੍ਰੋਜਨ ਹਾਰਸ ਤੋਂ ਬਚ ਕੇ ਰਹੋ ਸਰੀ ਯਮਰਸ ਦੀ ਕਲਾਸਿਸ ਕਦੋਂ ਲਗਦੀਆਂ ਜੀ ਬੱਚੇ ਮਨਜੀਤ ਕੌਰ ਜੀ ইএমআরএস ਦਾ ਪੇਪਰ ਵੀ ਆਪਣੀ ਐਸੇ ਕਲਾਸ ਦੇ ਵਿੱਚੋਂ ਆਊਗਾ ਇੱਕੋ ਹੀ ਕਲਾਸਿਸ ਸਾਰਿਆਂ ਬਾਸਤੀ ਹੈ ਹੈਨਾ ਤਾਂ ਜਿਹੜੀ ইএমআরএস ਦਾ ਪੇਪਰ ਹੈ ਉਹ ਇੱਥੋਂ ਹੀ ਕਾਪੀ ਕਰਨਗੇ ਯਮਰਸ ਵਾਲੇ ਕੀ ਤੋਂ ਨਹੀਂ ਕਰਦੇ ਕਾਪੀ ਜੈਨ ਸਰ ਦੀ ਕਲਾਸਾਂ ਦੇ ਵਿੱਚੋਂ ਹੀ ਆਊਗਾ ਹਾਂਜੀ ਬਿਲਕੁਲ ਬੱਚੇ ਕਹਿੰਦਾ ਇਹ ਡੈਸ਼ ਇਜ਼ ਐਨ ਆਈਕਨ ਔਨ ਦਾ ਡੈਸਕਟਾਪ ਪ੍ਰੋਵਾਈਡਸ ਅ ਯੂਜ਼ਰ ਵਿਦ ਇਮੀਡੀਏਟ ਐਕਸੈਸ ਟੂ ਅ ਪ੍ਰੋਗਰਾਮ ਆਫ ਅ ਫਾਈਲ ਬਿਲਕੁਲ ਤਾਂ ਕਹਿੰਦੇ ਡੈਸਕਟਾਪ ਤੇ ਇੱਕ ਆਈਕਨ ਹੈ ਡੈਸਕਟਾਪ ਤੇ ਇੱਕ ਆਈਕਨ ਹੈ ਜੋ ਉਪਭੋਗਤਾ ਨੂੰ ਫਾਈਲ ਦੇ ਪ੍ਰੋਗਰਾਮਾਂ ਤੱਕ ਤੁਰੰਤ ਪਹੁੰਚ ਪ੍ਰਦਾਨ ਕਰਦਾ ਹੈ ਤਾਂ ਉਹਨੂੰ ਕੀ ਕਹਿੰਦੇ ਨੇ ਹਾਂਜੀ ਬਿਲਕੁਲ ਡੈਸਕਟਾਪ ਤੇ ਬੱਚੇ ਇੱਕ ਆਈਕਨ ਹੈ ਜੋ ਉਪਭੋਗਤਾ ਨੂੰ ਫਾਈਲ ਦੇ ਪ੍ਰੋਗਰਾਮਾਂ ਨੂੰ ਤੁਰੰਤ ਪਹੁੰਚ ਪ੍ਰਦਾਨ ਕਰਦਾ ਹੈ ਤਾਂ ਉਹਨੂੰ ਕੀ ਕਹਿੰਦੇ ਨੇ ਪਹਿਰੇ ਬੱਚੋ ਕਨਰਲ ਕਹਿੰਦੇ ਨੇ ਬਫਰ ਕਹਿੰਦੇ ਨੇ ਸ਼ੋਰਟ ਕੱਟ ਕਹਿੰਦੇ ਨੇ ਸਪੂਲਰ ਕਹਿੰਦੇ ਨੇ ਬਿਲਕੁਲ ਜਦੋਂ ਮੈਂ ਯੂਪੀਐਸਸੀ ਤੱਕ ਦਾ ਕੰਪਿਊਟਰ ਪੜਾ ਸਕਦਾ ਜਾਂ ਪੜ੍ਹਾਣਾ ਉਹ ਵੀ ਇੱਥੋਂ ਹੀ ਆਂਦਾ ਤਾਂ ਕਿਹੜਾ ਮਰਜ਼ੀ ਪੇਪਰ ਦੇ ਲੋ ਇੱਥੋਂ ਹੀ ਆਊਗਾ ਹਾਂਜੀ ਬਿਲਕੁਲ ਪਿਆਰੇ ਬੱਚੋ ਬਿਲਕੁਲ ਤੱਕੀ ਕੇੰਦਾ ਇਹ ਡੈਸਕਟਾਪ ਤੇ ਇੱਕ ਆਈਕਨ ਹੈ ਜੋ ਭੁਗਤਮਾਨ ਨੂੰ ਫਾਈਲ ਦੇ ਪ੍ਰੋਗਰਾਮਾਂ ਤੱਕ ਤੁਰੰਤ ਪਹੁੰਚ ਪ੍ਰਦਾਨ ਕਰਦੇ ਤਾਂ ਉਹਨੂੰ ਕੀ ਕਹਿੰਦੇ ਪਿਆਰੇ ਬੱਚੋ ਉਹਨੂੰ ਸ਼ਾਰਟਕਟ ਕਹਿੰਨੇ ਆਪਾਂ ਕੀ ਕਹਿੰਨੇ ਪਿਆਰੇ ਬੱਚੋ ਆਪਾਂ ਸ਼ਾਰਟਕਟ ਕਹਿੰਨੇ ਆ ਬਿਲਕੁਲ ਸ਼ਾਰਟਕਟ ਤੇ ਕਲਿੱਕ ਕਰਨ ਨਾਲ ਆਪਾਂ ਕੀ ਹੈ ਬੱਚੋ ਆਪਾਂ ਇਮੀਡੀਏਟਲੀ ਫਾਈਲਸ ਨੂੰ ਆਈਕਨ ਤੱਕ ਪਹੁੰਚ ਸਕਦੇ ਆ ਇਮੀਡੀਏਟਲੀ ਐਕਸੈਸ ਕਰ ਸਕਦੇ ਆ ਕਿਸੇ ਵੀ ਪਾਰਟਿਕੂਲਰ ਫਾਈਲ ਜਾਂ ਫੋਲਡਰ ਨੂੰ ਤਾਂ ਉਹਨੂੰ ਕੀ ਕਹਿੰਦੇ ਪਿਆਰੇ ਬੱਚੋ ਸ਼ਾਰਟਕਟ ਕਹਿੰਨੇ ਆ ਇਨ ਮਾਈਕਰੋਸਾਫਟ ਵਿੰਡੋਜ਼ ਇਸ ਸ਼ ਕਟ ਲਿੰਕ दैट ਪੁਆਇੰਟਸ ਟੂ ਅ ਕੰਪਿਊਟਰ ਪ੍ਰੋਗਰਾਮ ਸ਼ਾਰਟਕਟ ਅਲਾوز ਯੂ ਟੂ ਕ੍ਰੀਏਟ ਅ ਲਿੰਕਸ ਆਫ ਪ੍ਰੋਗਰਾਮਸ ਇਨ ਐਨੀ ਫੋਲਡਰ స్టార్ਟ ਬਾਰ ਟਾਸਕ ਬਾਰ ਡੈਸਕਟਾਪ ਐਂਡ ਅਦਰ ਲੋਕੇਸ਼ਨ ਔਨ ਦਾ ਕੰਪਿਊਟਰ ਬਿਲਕੁਲ ਸ਼ਾਰਟਕਟ ਦੇਖਿਆ ਤਾਂ ਅਸੀਂ ਡੈਸਕਟਾਪ ਤੇ ਬਣੇ ਹੁੰਦੇ ਆ ਸ਼ਾਰਟਕਟ ਜਿਹੜੇ ਡਾਇਰੈਕਟਲੀ ਲਿੰਕ ਕਰ ਦਿੰਨੇ ਤੁਹਾਨੂੰ ਕਿਸ ਨਾਲ ਕਿਸੇ ਫਾਈਲ ਜਾਂ ਫੋਲਡਰ ਨਾਲ ਬਿਲਕੁਲ ਡੈਸਕਟਾਪ ਤੇ ਮਿਲਦੇ ਹਨ ਤੁਹਾਨੂੰ ਸ਼ਾਰਟਕਟ ਹਲੇ ਵੀ ਬਹੁਤ ਬੱਚਾ ਨਹੀਂ ਕਲਾਸ ਨੂੰ ਲਾਈਕ ਨਹੀਂ ਕੀਤਾ ਪਹਿਲਾਂ ਦਾ ਯਰ ਕਲਾਸ ਜਲਦੀ ਜਲਦੀ ਲਾਈਕ ਕਰੋ ਤੇ ਬੱਚੋ ਜਦੋਂ ਬੁੱਕਦ वगैरह ਮੰਗਾਨੀ ਹੁੰਦੀ ਹੈ ਕੋਈ ਵੀ ਕੋਰਸ ਪਰਚੇਸ ਕਰਨਾ ਹੁੰਦਾ ਤਾਂ Y727S ਬੁੱਕ ਲਈ ਲਾਲਾ ਕਰੋ ਤੇ ਕੋਰਸ ਲਈ ਲਾਲਾ ਕਰੋ Y727 ਫਿਰ ਕਹਿੰਦੇ ਸਰ ਸਾਡਾ ਕੋਰਸ ਚੱਲਿਆ ਨਹੀਂ ਹੈਗਾ ਸਰ ਸਾਡੀ ਬੁੱਕ ਆਈ ਨਹੀਂ ਅਸੀਂ ਕੀ ਕਰੀਏ ਤੁਹਾਨੂੰ ਪਤਾ ਵੀ ਮੈਂ ਤੁਹਾਡੇ ਲਈ ਫਿਰ ਲੜ ਪੈਣਾ ਕੰਪਨੀ ਨਾਲ ਕਿ ਮੇਰਾ ਸਟੂਡੈਂਟ ਹੈ ਯਾਰ ਇਹ ਹੈਨਾ ਤਾਂ ਇਹ ਕੋਡ ਇਹਦਾ ਲੱਗਿਆ ਹੋਣਾ ਚਾਹੀਦਾ ਹੈਨਾ ਤਾਂ ਕਰਕੇ ਬੱਚੋ ਜਦੋਂ ਵੀ ਤੁਸੀਂ ਕੋਈ ਕੋਰਸ ਲੈਣਾ ਹੋਵੇ ਤਾਂ ਕੋਈ ਕੋਈ ਵੀ ਬੁੱਕ ਵਗੈਰਾ ਪਰਚੇਸ ਕਰਨੀ ਹੋਵੇ ਤੱਕ ਯੂਜ਼ ਵਾਈ 727 ਕੋਡ ਕਹਿੰਦੇ ਹੈਠਾ ਦਿੱਤੇ ਵਿੱਚੋਂ ਕਿਹੜਾ ਡਿਸਕ ਕੈਸ਼ ਦੀ ਇੱਕ ਉਦਾਹਰਣ ਹੈ ਹਾਂਜੀ ਹੈਠਾ ਦਿੱਤੇ ਵਿੱਚੋਂ ਡਿਸਕ ਕੈਸ਼ ਦੀ ਕਿਹੜੀ ਉਦਾਹਰਣ ਹੈ ਬੱਚੋ ਪੇਜ ਕੈਸ਼ ਵੈਬ ਕੈਸ਼ ਡਿਸਟ੍ਰਿਬਿਊਟਿਡ ਕੈਸ਼ ਜਾਂ ਟ੍ਰਾਂਸਲੇਸ਼ਨ ਲੁੱਕ ਅਸਾਈਡ ਬਫਰ ਹਾਂਜੀ ਹੈਠਾ ਦਿੱਤੇ ਵਿੱਚੋਂ ਕਿਹੜੀ ਬੱਚੇ ਆਪਣੇ ਕੋਲੇ ਐਗਜ਼ਾਮਪਲ ਹੈ ਕਿ ਦੀ ਡਿਸਕ ਕੈਸ਼ੇ ਦੀ ਹੈ ਬਿਲਕੁਲ ਡਿਸਕ ਕੈਸ਼ ਦੀ ਪੇਜ ਕੈਸ਼ੇ ਵੈਬ ਕੈਸ਼ੇ ਡਿਸਟ੍ਰਿਬਿਊਟਿਡ ਕੈਸ਼ੇ ਜਾਂ ਟ੍ਰਾਂਜਿਸ਼ਨ ਲੁੱਕ ਅਸਾਈਡ ਬਫਰ बिल्कुल प्यारे बच्चों सब का आन अनआंसर आना चाहिए जो भी बच्चा लाइव है जल्दी जल्दी आंसर करो यार आंसर बड़ा ढीला कर रहे हो तो आंसर काफी ढीला कर रहे हो आंसर इन्ना ढीला नहीं जल्दी जल्दी सब के आंसर आने चाहिए हैं तो विच ऑफ द फॉलोइंग इज़ ए एग्जाम्पल ऑफ डिस्क कैशे डिस्क कैशे एग्जाम्पल के पैरे बचो पेज कैशे आपको डिस्क कैशे कहें कैश कहने पैरे बचो ਪੇਜ ਕੈਸ਼ੇ ਨੂੰ ਆਪਾਂ ਕੀ ਕਹਿੰਦੇ ਆ ਪਿਆਰੇ ਬੱਚੋ ਡਿਸਕ ਕੈਸ਼ੇ ਦਾ ਦੂਸਰਾ ਨਾਮ ਹੈ ਬਿਲਕੁਲ ਨੈਕਸਟ ਆਂਦਾ ਬੱਚੇ ਆਪਣੇ ਕੋਲੇ ਵਿਚ ਅਮੰਗ ਦਾ ਫੋਲਿੰਗ ਟਾਈਪ ਆਫ ਕੰਪਿਊਟਰ ਇਜ਼ ਆਲਸੋ ਨੋਨ ਐਜ਼ ਇਨਫੋਰਮਲੀ ਐਜ਼ ਅ ਨੰਬਰ ਕਰੰਚੀਅਰ ਬਿਲਕੁਲ ਹੇਠਾਂ ਦੀ ਨਿਮਨ ਲਿਖੇ ਕਿਸਮ ਤੋਂ ਕੰਪਿਊਟਰ ਵਿੱਚ ਕਿਸ ਨੂੰ ਗੈਰ ਰਸਮੀ ਤੌਰ ਤੇ ਨੰਬਰ ਕਰੰਚੀਅਰ ਵਜੋਂ ਜਾਣਿਆ ਜਾਂਦਾ ਹੈ ਹਾਂਜੀ ਨੰਬਰ ਕਰੰਚੀਅਰ ਵਜੋਂ ਕਿਸ ਨੂੰ ਜਾਣਦੇ ਪਿਆਰੇ ਬੱਚੋ ਨੰਬਰ ਕਰੰਚੀਅਰ ਹਾਂਜੀ ਨਮਸਤੇ ਜੀ ਨਮਸਤੇ ਬੱਚੋ ਨਮਸਤੇ ਬਿਲਕੁਲ ਜੀ ਬਿਲਕੁਲ ਸਹਿਜ ਜੀ ਡੋਲੂ ਮਾਝਾ ਗਿਆ ਸਹਿਜ ਜੀ ਤੇ ਐਮਪੀ ਦੇ ਕਲਾਸ ਲਗਾਈ ਸੀ ਐਮਪੀ ਤੇ ਹੁਣ ਕਲਾਸ ਚੱਲਦੀ ਸੀ ਜਿਹੜੀ ਐਮਪੀ ਤੇ 1 ਵਜੇ ਚੱਲਦੀ ਹੁੰਦੀ ਅੱਜ ਆਪਣੀ 1:05-7 ਦੇ ਚੱਲੀ ਸੀ ਲਾਈ ਸੀ ਕਲਾਸ ਸਾਰਿਆਂ ਦਾ ਹੀ ਡੋਲੂ ਮਾਝਾ ਗਿਆ ਬਿਲਕੁਲ ਬੱਚੇ ਕਲਾਸ ਲਾਇਕਰ ਇਹ ਚੀਜ਼ਾਂ ਬਹੁਤ ਸਿੱਖ ਜੋਂਗੇ ਬਹੁਤ ਚੀਜ਼ਾਂ ਸਿੱਖ ਜੋਂਗੇ ਲੇਕਿਨ ਯੂ ਹੈਵ ਟੂ ਅਟੈਂਡ ਦਾ ਕਲਾਸ ਡੇਲੀ ਅਰ ਤੁਹਾਨੂੰ ਪਤਾ ਹੈ ਕਿ ਜੈਨ ਸਰ ਦੀ ਕਲਾਸ ਇੱਕ ਐਮਵੀ ਦੀ ਕਲਾਸ ਹੈ ਜਿੱਚੋ ਡਿੱਟੋ ਪੇਪਰ ਆਂਦਾ ਹੈ ਹਾਂਜੀ ਬਿਲਕੁਲ ਕਹਿੰਦੇ ਬੱਚੋ ਆਪਣੇ ਕੋਲੇ ਕੀ ਹੈ ਇੱਕ ਨਿਮਨ ਲਿਖਿਆ ਨਿਮਨ ਕਿਸਮ ਦੇ ਕੰਪਿਊਟਰ ਵਿੱਚੋਂ ਕਿਸ ਨੂੰ ਗੈਰ ਰਸਮੀ ਅਤੇ ਨੰਬਰ ਕਰੰਸੀਅਰ ਵਜੋਤ ਜਾਣਿਆ ਜਾਂਦਾ ਬਿਲਕੁਲ ਨੰਬਰ ਕਰੰਸੀਅਰ ਤੇ ਗੈਸ ਗੈਰ ਰਸਮੀ ਸੁਰਿੰਦਰ ਕੋਰ ਜੀ ਬੱਚੇ ਐਪਲੇਟ ਜਿਹੜੀ ਐਪਲੇਟ ਹੈ ਇਹ ਜਾਵਾ ਲੈਂਗੁਏਜ ਨਾਲ ਬਣਦੇ ਨੇ ਤਾਂ ਐਪਲੇਟ ਦੇ ਵਿੱਚ ਆਪਾਂ ਜਾਵਾ ਲੈਂਗੁਏਜ ਯੂਜ਼ ਕਰਦੇ ਹਾਂ ਬੱਚੋ ਜਾਵਾ ਸੁਰਿੰਦਰ ਕੋਰ ਜੀ ਐਪਲੇਟ ਦੇ ਵਿੱਚ ਜਾਵਾ ਯੂਜ਼ ਕਰਦੇ ਆ ਐਮਪੀ ਵਾਲੇ ਚੈਨਲ ਦਾ ਨੇਮ ਸਰ ਦੀ ਐਮਪੀ ਜਿਹੜਾ ਪੰਜਾਬ 24/7 ਹੈ ਉਹ ਐਮਪੀ 24/7 ਹੈ ਹਾਂਜੀ ਕਹਿੰਦੇ ਵਿਚੋ ਆਫ ਦਾ ਫੋਲੋਇੰਗ ਕੰਪਿਊਟਰ ਇਜ਼ ਨੋਨ ਐਜ਼ ਇਨਫਾਰਮਲੀ ਐਜ਼ ਅ ਨੰਬਰ ਕਰੰਸੀ ਯਰ ਤਾਂ ਨੰਬਰ ਕਰੰਸੀ ਯਰ ਕਿਹੜਾ ਪੈਰੇ ਬੱਚੋ ਨੰਬਰ ਕਰੰਸੀ ਯਰ ਹੈਗਾ ਆਪਣੇ ਕੋਲੇ ਸੁਪਰ ਕੰਪਿਊਟਰ ਬਿਲਕੁਲ ਜਿਹੜਾ ਲਾਰਜ ਨੰਬਰ ਜਿਹੜਾ ਜਿਵੇਂ ਆਪਣਾ ਵੈਦਰ ਫੋਰਕਾਸਟਿੰਗ ਵਗੈਰਾ ਬੜੇ ਬੜੇ ਪ੍ਰੋਜੈਕਟਸ ਲਈ ਵਰਤੇ ਜਾਂਦੇ ਤਾਂ ਸੁਪਰ ਕੰਪਿਊਟਰ ਵਰਤੇ ਜਾਂਦੇ ਤਾਂ ਇਹਨੂੰ ਕੀ ਕਹਿੰਦੇ ਪੈਰੇ ਬੱਚੋ ਨੰਬਰ ਕਰੰਸੀ ਯਰ ਵੀ ਕਿਹਾ ਜਾਂਦਾ ਹੈ ਬਿਲਕੁਲ ਇਹ ਸੁਪਰ ਕੰਪਿਊਟਰ ਵਿਦੇ ਹਾਈ ਲੈਵਲ ਆਫ ਪਰਫਾਰਮੈਂਸ ਐਸ ਕੰਪੇਅਰ ਟੂ ਦਾ ਜਰਨਲ ਪਰਪਸ ਕੰਪਿਊਟਰ ਦਾ ਪਰਫਾਰਮੈਂਸ ਆਫ ਦਾ ਸੁਪਰ ਕੰਪਿਊਟਰ ਇਸ ਕਾਮਨਲੀ ਮੈਜ਼ਰਡ ਇਨ ਦਾ ਫਲੋਟਿੰਗ ਪੁਆਇੰਟ ਇਨਸਟਰਕਸ਼ਨ ਪਰ ਸੈਕਿੰਡ ਬਸ ਇਹ ਚੀਜ਼ ਯਾਦ ਰੱਖੀਓ ਹੈ ਨਾ ਜਿਹੜੀ ਹੈਗੀ ਹੈ ਸੁਪਰ ਕੰਪਿਊਟਰ ਦੀ ਪਰਫਾਰਮੈਂਸ ਹੈ ਫਲੋਪਸ ਨਾਲ ਮੈਜ਼ਰ ਕੀਤੀ ਜਾਂਦੀ ਹੈ ਕਦੇ ਨਾਲ ਮੈਜ਼ਰ ਕੀਤੀ ਜਾਂਦੀ ਹੈ ਪਹਿਰੇ ਬੱਚੋ ਫਲੋਪਸ ਫਲੋਪਸ ਜੀ ਅਰਥਾ ਫਲੋਟਿੰਗ ਪੁਆਇੰਟ ਆਪਰੇਸ਼ਨ ਪਰ ਸੈਕਿੰਡ ਹੈ ਨਾ ਜਿਵੇਂ ਜਨਰਲੀ ਜਿਹੜੀ ਕੰਪਿਊਟਰ ਹੈ ਉਹ ਆਪਾਂ ਮਿਲੀਅਨ ਇਨਸਟਰਕਸ਼ਨ ਪਰ ਸੈਕਿੰਡ ਐਮ ਆਈ ਪੀ ਐਸ ਨਾਲ ਮੈਜ਼ਰ ਕਰਦੇ ਨੇ ਜਿਹੜੇ ਨਾਰਮਲ ਕੰਪਿਊਟਰ ਹੈ ਆਪਣੇ ਕੋਲੇ ਲੇਕਿਨ ਜਿਹੜੀ ਕਬਸ ਦੇ ਵਿੱਚ ਮੀਜ਼ਰ ਕੀਤੀ ਜਾਂਦੀ ਹੈ ਸਰ ਜੀ ਤੁਸੀਂ ਪਰਸੋਂ ਸ਼ੋਰਟ ਕਲਾਸ ਵਿੱਚ ਕਬੋ ਲੈਂਗੁਏਜ ਵਿੱਚ ਕਰਵਾਏ ਸੀ ਦੀ ਚੈੱਕ ਸੁਰਿੰਦਰਪੁਰ ਕੋਰ ਜੀ ਦੇਖ ਲੂੰਗਾ ਬੱਚੇ ਦੇਖ ਲੂੰਗਾ ਐਕਚੁਅਲੀ ਉਹ ਮੇਰੇ ਲਾਈਵ ਕਲਾਸ ਨਹੀਂ ਸੀ ਐਕਚੁਅਲੀ ਉਹ ਮੇਰਾ ਰਿਕਾਰਡਡ ਕਲਾਸ ਸੀ ਤਾਂ ਇਨਕੁਆਰੀ ਚੈੱਕ ਕਰ ਲੂੰਗਾ ਮੈਂ ਕਲਾਸ ਤੋਂ ਬਾਅਦ ਕਮੈਂਟ ਵੀ ਕੀਤਾ ਸੀ ਚੈੱਕ ਕਰ ਲੂਗਾ ਬੱਚੇ ਕਈ ਵਾਰ ਹੋ ਜਾਂਦਾ ਹੈ ਇਧਰ ਉਧਰ ਮੜਾ ਮੋਟਾ ਹੈ ਨਾ ਤਾਂ ਜਿਹੜੀ ਹੈਗਾ ਇਹਦਾ ਕਨਫਰਮ ਹੈ ਬੱਚੇ ਜਾਵਾ ਦੇ ਵਿੱਚ ਐਪਲੇਟਸ ਬੰਦੇ ਨੇ ਜਾਵਾ ਲੈਂਗੁਏਜ ਦੇ ਵਿੱਚ ਐਪਲੇਟਸ ਬੰਦੇ ਨੇ ਹਾਂਜੀ ਨੇਮ ਦਾ ਵਾਈਡ ਸਪਰੈਡ ਕੰਪਿਊਟਰ ਵਾਇਰਸ ਫॉर MS DOS ਹਾਂਜੀ ਕਿਹੜਾ ਬੱਚੇ MS DOS ਲਈ ਪਹਿਲੇ ਵਿਆਪਕ ਵਾਇਰਸ ਦਾ ਨਾਮ ਦੱਸੋ ਕੀ ਪੁੱਛ ਰ ਬੱਚਾ ਤੁਸ਼ਾਰ ਵਰਮਾ ਜੀ ਸਰ ਜੀ ਸਬ ਇੰਸਪੈਕਟਰ ਲਈ ਕਿਹੜਾ ਪੈਕ ਲਈ ਹੈ ਜੀ ਤੁਸ਼ਾਰ ਵਰਮਾ ਜੀ ਮਹਾ ਪੈਕ ਹੀ ਲੈ ਲਓ ਮਹਾ ਪੈਕ ਸਭ ਤੋਂ ਬੈਸਟ ਹੈ ਹੈਨਾ ਮਹਾ ਪੈਕ ਦੇ ਵਿੱਚ ਜਦੋਂ ਜਦੋਂ ਤੱਕ ਪੇਪਰ ਨਹੀਂ ਆਂਦਾ ਤੁਹਾਡੀ ਤਿਆਰੀ ਹੋਊਗੀ ਜਿੰਨੇ ਪੰਜਾਬ ਚ ਪੇਪਰ ਆਣਗੇ ਸਾਰੀ ਤਿਆਰੀ ਹੋਊਗੀ ਉਹਦੇ ਵਿੱਚ ਤਾਂ ਮਹਾ ਪੈਕ ਲੈ ਲਓ ਤੇ ਤੁਸ਼ਾਰ ਵਰਮਾ ਜੀ ਕੋਈ ਤੀਜੀ ਚੀਜ਼ ਦੱਸਦਾ ਕੋਈ ਵੀ ਦਿੱਕਤ ਆਈ ਬੱਚੋ ਮੈਂ ਖੜਾ ਹਾਂ ਲੇਕਿਨ ਕੋਡ ਲਗਾ ਲਿਓ Y727 ਹੈਨਾ ਤੁਹਾਨੂੰ ਪਤਾ ਹੈ ਬਾਕੀ ਟੀਚਰ ਵੀ ਤੁਹਾਨੂੰ ਪਤਾ ਵੀ ਹੈਨਾ ਕਿ ਅਜੇ ਸਰ ਸੁਣਦੇ ਨੇ ਕਲਾਸ ਦੇ ਵਿੱਚ ਹਰ ਇੱਕ ਪ੍ਰੋਬਲਮ ਸੁੰਦੇ ਨੇ ਜਾਂ ਮੈਂ ਟੈਲੀਗ੍ਰਾਮ ਤੇ ਸੁਣਾ ਜਾਂ ਮੈਂ ਨਾਲ ਰਿਪਲਾਈ ਵੀ ਕਰੂੰਗਾ ਰਿਸਪੌਂਡ ਵੀ ਕਰੂੰਗਾ ਹੈਨਾ ਲੇਕਿਨ ਤੁਸੀਂ ਕੋਡ ਲਗਾ ਲਿਓ ਬੱਚੇ ਮਹਾਪੈਕ ਲੈ ਲਓ ਤਾਂ MS DOS ਦੇ ਪਹਿਲੇ ਵਿਆਪਕ ਕੰਪਿਊਟਰ ਦੇ ਵਾਇਰਸ ਦਾ ਨਾਮ ਕੀ ਹੈ ਬੱਚੋ MS DOS ਦੇ ਵੀ ਜਿਹੜਾ ਪਹਿਲਾ ਵਿਆਪਕ ਕੰਪਿਊਟਰ ਤੇ ਵਾਇਰਸ ਕਿਹੜਾ ਆਇਆ ਸੀ ਪਹਿਰੇ ਬੱਚੋ ਦੈਟ ਇਜ਼ ਬ੍ਰੇਨ ਕਿਹੜਾ ਵਾਇਰਸ ਆਇਆ ਸੀ ਪਹਿਰੇ ਬੱਚੋ ਬ੍ਰੇਨ ਵਾਇਰਸ ਆਇਆ ਸੀ 2024 ਚ ਸਾਨੂੰ ਵਰਬਲ ਜੀ 2024 ਚ ਆਨਦੀ ਉਮੀਦ ਹੈ ਕਿਉਂਕਿ ਅੱਗੇ ਇਲੈਕਸ਼ਨ ਆਣਗੇ ਹੈਨਾ ਇਲੈਕਸ਼ਨ ਆਣਗੇ ਸੈਂਟਰ ਦੇ ਇਲੈਕਸ਼ਨ ਹੋਣਗੇ ਤਾਂ 2024 ਦੇ ਵਿੱਚ ਆਨਦੀ ਉਮੀਦ ਹੈ ਬਿਲਕੁਲ ਯਕੀਨੀ ਬਣਾਇਆ ਸੀ ਬੱਚੋ ਪਾਕਿਸਤਾਨੀ 브ਦਰਸ ਨੇ ਬਣਾਇਆ ਸੀ ਜਿਹੜਾ ਆਪਣੇ ਕੋਲੇ ਬ੍ਰੇਨ ਵਾਇਰਸ ਸੀ ਯਕੀਨੀ ਬਣਾਇਆ ਸੀ ਪਹਿਲੇ ਬੱਚੋ ਪਾਕਿਸਤਾਨ 브ਦਰਸ ਨੇ ਬਣਾਇਆ ਸੀ ਹੈਨਾ ਇਹਨੂੰ ਕੀ ਕਹਿੰਦੇ ਪਰੇ ਬੱਚੋ ਆਪਾਂ MS DOS ਦਾ ਵਾਇਰਸ ਕਹਿੰਨੇ ਆ MS DOS MS DOS ਦੀ ਐਂਡ ਮਾਈਕਰੋਸਾਫਟ ਦੀਸਕ ኦਪਰੇਟਿੰਗ ਸਿਸਟਮ ਹਾਂ ਜੀ ਕੀ ਕਹਿੰਦੇ ਪਰੇ ਬੱਚੋ ਡਿਸਕ ኦਪਰੇਟਿੰਗ ਸਿਸਟਮ ਕੀ ਕਹਿੰਦੇ ਪਹਿਲੇ ਬੱਚੋ ਡਿਸਕੋਪਰੇਟਿੰਗ ਸਿਸਟਮ ਕਿਹਾ ਜਾਂਦਾ ਹੈ ਦਾ ਬ੍ਰੇਨ ਇਜ਼ ਦ ਇੰਡਸਟਰੀਅਲ ਸਟੈਂਡਰਡ ਨੇਮ ਆਫ ਦ ਫਰਸਟ ਕੰਪਿਊਟਰ ਵਾਇਰਸ ਆਫ ਐਮ ਐਸ ਡੋਜ਼ ਜਿਹੜਾ ਐਮ ਐਸ ਡੋਜ਼ ਦੇ ਵਿੱਚ ਹੋਇਆ ਸੀ ਇਹ ਦੋ ਭਾਈ ਸੀ ਦੋ ਬ੍ਰਦਰਜ਼ ਕਿੱਥੋਂ ਸੀ ਬੱਚੇ ਪਾਕਿਸਤਾਨ ਤੋਂ ਸੀ ਇਹਨਾਂ ਨੇ ਬਣਾਇਆ ਸੀ ਹਨਾ ਇਹਨਾਂ ਨੇ ਬਣਾਇਆ ਸੀ ਬੱਚੋ ਬਿਲਕੁਲ ਹਾਂਜੀ ਹੁਣ ਕਿਹੜੇ ਇਲੈਕਸ਼ਨ ਹੋਣੇ ਆ ਜੀ ਬੱਚੇ ਐਦੇ ਹੋਣਗੇ ਆਪਣਾ ਮੋਦੀ ਵਾਲੇ ਹਨਾ ਮੋਦੀ ਦੇ ਇਲੈਕਸ਼ਨ ਹੋਣੇ 2024 25 ਚ ਹੈ ਸ਼ਾਇਦ 24 ਚ ਹੈ 2014 ਚ ਹੋਏ 2014 ਤੋਂ ਬਾਅਦ 5 ਸਾਲ 2019 ਚ 19 ਤੇ 5 24 हां 24 ਦੇ ਵਿੱਚ ਸੈਂਟਰ ਦੇ ਇਲੈਕਸ਼ਨ ਹੋਣਗੇ ਤੇ ਉੱਥੇ ਆਪਣੇ ਉਸ ਟਾਈਮ ਇਹ ਪੋਸਟਾ ਕੱਢਣਗੇ ਕਿਉਂਕਿ ਪੰਜਾਬ ਦੇ ਵਿੱਚ ਇਹਨਾਂ ਨੂੰ ਸੀਟਾਂ ਚਾਹੀਦੀਆਂ ਨੇ ਹੈਨਾ ਤਾਂ ਕਰਕੇ ਉਦੋਂ ਆਨ ਦੀ ਉਮੀਦ ਹੈ ਕਹਿੰਦੇ ਨੇਮ ਆਫ ਦਾ ਫੋਲਿੰਗ ਇਜ਼ ਇਟ ਟਾਈਪ ਆਫ ਆਪਟੀਕਲ মিডিਆ ਹਾਂਜੀ ਹੇਠ ਲਿਖਿਆ ਵਿੱਚੋਂ ਕਿਹੜਾ ਆਪਟੀਕਲ মিডিਆ ਦੀ ਇੱਕ ਕਿਸਮ ਹੈ ਇਹ ਦਾ ਮਤਲਬ ਵੀਡੀਓ ਰ ਓਪਨ ਨਹੀਂ ਓਪਨ ਨਹੀਂ ਬੱਚੋ ਵੀਡੀਓ ਓਪਨ ਹੋ ਸਕਦਾ ਹੈ ਲੇਕਿਨ ਤੁਹਾਡਾ ਕੀ ਹੈ ਕਿਉਂਕਿ ਵੀਡੀਓ ਤਾਂ ਪਹਿਲਾਂ ਪੋਸਟ ਕੱਢੀ ਹੋਈ ਹੈ ਜਿਹੜਾ ਤੁਹਾਡਾ ਇਹ ਹੈ ਆਪਣਾ ਕੀ ਕਹਿੰਦੇ ਐ ਇਹਨੂੰ ਕੀ ਕਹਿੰਦੇ ਹੋ ਤੁਸੀਂ ਪਟਵਾਰੀ ਲੇਟ ਆਊਗਾ ਪਟਵਾਰੀ ਲੇਟ ਹੋ ਸਕਦਾ ਹੈ ਲੇਕਿਨ ਵੀਡੀਓ ਦੀ ਓਪਨ ਹੁੰਦੀ ਜਲਦੀ ਸੰਭਾਵਨਾ ਹੈਗੀ ਹੈ ਹਾਂਜੀ ហេਠਾ ਦਿੱਤਾ ਵਿੱਚੋਂ ਕਿਹੜਾ ਆਪਟੀਕਲ ਮੀਡੀਆ ਦੀ ਇੱਕ ਕਿਸਮ ਹੈ ਆ ਆਪਟੀਕਲ ਐਫ ਡੀ ਡੀ ਐਚ ਡੀ ਡੀ ਸੀ ਡੀ ਐਮ ਮੈਗਨੇਟਿਕ ਟੇਪ ਸਰ ਮਹਾਪੈਗ ਦੇ ਵਿੱਚ ਕਲਾਸ ਕਿੰਨੇ ਵਜੇ ਹੁੰਦੀ ਹੈ ਮਹਾਪੈਗ ਦੇ ਵਿੱਚ 7 ਵਜੇ ਹੁੰਦੀ ਹੈ ਬੱਚੋ 7 ਵਜੇ ਕਲਾਸ ਹੁੰਦੀ ਹੈ ਕੀ ਨਾ ਮੈਂ ਦਾ ਪ੍ਰੀਤਕੌਰ ਜੀ 7 ਵਜੇ ਕਲਾਸ ਹੁੰਦੀ ਹੈ ਸਰ ਆਵਾਜ਼ ਬਹੁਤ ਘੱਟ ਆ ਰਹੀ ਹੈ ਜੇ ਆਵਾਜ਼ ਘੱਟ ਆ ਰਹੀ ਹੈ ਬੱਚੋ ਇੱਕ ਮਿੰਟ ਮੈਂ ਇਨਕਰੀਜ਼ ਕਰ ਦਿਨਾ ਵੌਇਸ ਇਨਕਰੀਜ਼ ਕਰ ਦਿਨਾ ਬੱਚੋ ਇਨਕਰੀਜ਼ ਕਰ ਦਿਨਾ ਵੌਇਸ ਹਾਂਜੀ ਵੌਇਸ ਨੂੰ ਠੀਕ ਹੈ ਦੇਖੋ ਹਾਂਜੀ ਹੁਣ ਠੀਕ ਹੈ ਪੇਰੇ ਬੱਚੋ ਹੁਣ ਵੌਇਸ ਠੀਕ ਹੈ ਹੁਣ ਵੌਇਸ ਠੀਕ ਆ ਰਹੀ ਐ ਹਾਂਜੀ ਹੁਣ ਦੇਖੋ ਵੌਇਸ ਠੀਕ ਆ ਰਹੀ ਐ ਤਾਂ ਹੇਠਾਂ ਦਿੱਤੇ ਵਿੱਚੋਂ ਕਿਹੜਾ ਆਪਟੀਕਲ মিডিਆ ਦੀ ਇੱਕ ਕਿਸਮ ਹੈ ਬੱਚੋ ਐਫ ਡੀ ਡੀ ਐਚ ਜੀ ਡੀ ਸੀ ਡੀ ਜਾਂ ਮੈਗਨੈਟਿਕ ਟੇਪ ਹਾਂਜੀ ਕਿਹੜਾ ਬੱਚੋ ਆਪਟੀਕਲ মিডিਆ ਦੀ ਕਿਸਮ ਹੈ ਬਿਲਕੁਲ ਸਬਦਾ ਅਨਸਰ ਆਣਾ ਚਾਹੀਦਾ ਐਫ ਡੀ ਡੀ ਐਚ ਜੀ ਡੀ ਸੀ ਡੀ ਜਾਂ ਮੈਗਨੈਟਿਕ ਟੇਪ ਹੁਣ ਠੀਕ ਹੋ ਗਈ गुंजन लाग गई जी डबल वॉइस आ रही है एक मिनट में ठीक करवाना ठीक करवाना बच्चों ठीक करवाना एक मिनट आवाज डबल आ रही है रही। फिर हूं वॉइस कट आंधी है कहते बच्चे ਰੋਬਟ ਕੇ ਬਣ ਕੇ ਮਾਸਟਰ ਜੀ ਅੱਛਾ ਜੀ ਹੁਣ ਦੇਖੋ ਹੁਣ ਦੇ ਕੋ ਬੱਚੋ ਹੁਣ ਠੀਕ ਹੋ ਗਈ ਹਾਂਜੀ ਹੁਣ ਪਹਿਲਾਂ ਗੂੰਜਦੀ ਸੀ ਹੁਣ ਠੀਕ ਹੋ ਗਈ ਅੱਛਾ ਤੁਹਾਡੇ ਤੋਂ ਲੁਧਿਆਣੇ ਕਿਹੜਾ ਕਿਹੜਾ ਰਿਹਾ ਬੱਚਾ ਲੁਧਿਆਣੇ ਲੁਧਿਆਣੇ ਕਿਹੜੇ ਕਿਹੜੇ ਬੱਚਾਰੇ ਜਲਦੀ ਦੱਸੋ ਲੁਧਿਆਣੇ ਫਾਰਮ ਫਿਲ ਕਰਤਾ ਤੁਸੀਂ ਲੁਧਿਆਣੇ ਆ ਰਹੇ ਹੋ ਮਿਲਣ ਅੱਡਾ ਦੀ ਟੀਮ ਨੂੰ ਪਹਿਲਾਂ ਸਹੀ ਸੀ ਹੁਣ ਦੇਖੋ ਬੱਚੇ ਹੁਣ ਹਾਂਜੀ ਬਿਲਕੁਲ ਹੁਣ ਹੁਣ ਠੀਕ ਹੈ ਹੁਣ ਓਕੇ ਚਲੋ ਚੰਗੀ ਗੱਲ ਹੈ ਹਾਂਜੀ ਬਿਲਕੁਲ ਲੁਧਿਆਣੇ ਕਿਹੜਾ ਕਿਹੜਾ ਬਚਾਰਾ ਲੁਧਿਆਣੇ ਸਾਰੀ ਟੀ ਮਾਰੀ ਐ ਜਲਦੀ ਦੱਸੋ ਹੱਥ ਖੜੇ ਕਰਕੇ ਕਿਸਨ ਮੈਂ ਮੈਂ ਆ ਰਿਹਾ ਫਾਰਮ ਫਿਲ ਕਰਤਾ ਤੁਸੀਂ ਫਾਰਮ ਫਿਲ ਕਰਤਾ ਹਾਂਜੀ ਬਿਲਕੁਲ ਫਾਰਮ ਫਿਲ ਕਰ ਦਿਓ ਜਿਨ੍ਹਾਂ ਨੇ ਹਲੇ ਫਿਲ ਨਹੀਂ ਹੋਇਆ ਲਿੰਕ ਆ ਗਿਆ ਨਾ ਤੁਹਾਡਾ ਇਹਦੇ ਵਿੱਚ ਕਮੈਂਟ ਸੈਕਸ਼ਨ ਦੇ ਵਿੱਚ ਲਿੰਕ ਆ ਗਿਆ ਹੈਨਾ ਤਾਂ ਫਾਰਮ ਫਿਲ ਕਰ ਦਿਓ ਜਿਨ੍ਹਾਂ ਨੇ ਫਿਲ ਨਹੀਂ ਕੀਤਾ ਹਲੇ ਤੱਕ ਹੋਰ ਲੁਧਿਆਣੇ ਪਹੁੰਚੋ ਯਾਰ ਅੱਡਾ ਦੀ ਟੀ ਮਾਰੀ ਐ ਸਪੈਸ਼ਲ ਤੁਹਾਨੂੰ ਮਿਲਣ ਲੁਧਿਆਣੇ ਹਾਂਜੀ ਬਠਿੰਡੇ ਆ ਜਾਓ ਜੀ ਬਠਿੰਡੇ ਦਾ ਬੱਚੇ ਹੁਣ ਆ ਕੇ ਗਏ ਸੀ ਬਠਿੰਡੇ ਤਾਂ ਨਹੀਂ ਆਇਆ ਜਣਾ ਹਾਂਜੀ ਇਹ ਟਾ ਦਿੱਤੇ ਵਿੱਚੋਂ ਕਿਹੜਾ ਆਪਟੀਕਲ ਮੀਡੀਆ ਦੀ ਇੱਕ ਕਿਸਮ ਹੈ दैट इज ਸੀਡੀ ਸੀਡੀ ਕੀ ਹੈ ਬਾਰੇ ਬੱਚੋ ਕੰਪੈਕਟ ਡਿਸਕ ਸੀਡੀ ਦੀ ਕੀ ਫੁੱਲ ਫਾਰਮ ਹੁੰਦੀ ਹੈ ਪਿਆਰੇ ਬੱਚੋ ਕੰਪੈਕਟ ਡਿਸਕ ਇਹ ਕਾਦੀ ਹੈ ਪਿਆਰੇ ਬੱਚੋ ਫੁੱਲ ਫਾਰਮ ਆਪਣੇ ਕੋਲੇ ਸੀਡੀ ਸੀਡੀ ਹੈ ਕੰਪੈਕਟ ਡਿਸਕ ਹਾਂਜੀ ਬਿਲਕੁਲ ਸਰ ਤੁਸੀਂ ਆਣਾ ਜੀ ਲੁਧਿਆਣਾ ਬਿਲਕੁਲ ਬੱਚਾ ਬਿਲਕੁਲ ਇਸ ਵਾਰ ਮੈਂ ਆ ਰਿਹਾ ਪਿਛਲੀ ਵਾਰ ਮੈਂ ਨਹੀਂ ਆਇਆ ਸੀ ਇਸ ਵਾਰ ਮੈਂ ਆ ਰਿਹਾ मोहाली आ जाओ जी मोहाली हाँ जी बिल्कुल आ रहे हैं बच्चों आ रहे हैं सर जी मेरा गिफ्ट रख लियो जी ठीक है बच्चों ठीक है जी चलो सी डी सी डी कितना डाटा स्टोर कर दिए पहले बच्चों सात सौ एम बी डाटा स्टोर कर दी है सीडी की स्टोरेज कैपेसिटी की है 700 सौ एम बी हैरी जनागल जी चलो हाँ जी तो बच्चों की कहें कॉम्पैक्ट डिस्क इज ए पोर्टेबल डिस्क जी सी डी है बच्चे अपने को कॉम्पैक्ट डिस्क है पोर्टेबल डिस्क है रिकॉर्ड करती है ऑडियो वीडियो डाटा डिजिटल फॉर्मॉड करती है नैक्सट है बच्चों द स्पीड ऑफ द लाइन प्रिंटर इज स्पैसीफाइड इन द टर्म्स ऑफ हाँ जी लाइन प्रिंटर की स्पीड डैश के रूप में निर्धारित की गई है हाँ जी लाइन प्रिंटर की स्पीड कि मेजर कर दाइन प्रिंटर बिल्कुल ਹਾਂਜੀ ਸ਼ਰਮਾ ਪੈਕ ਦੀ ਕਲਾਸ ਕਿੰਨੇ ਸ਼ੋ ਹੋਵੇਗੀ ਪ੍ਰੀਤ ਕੋਰ ਜੀ ਲੈ ਲੈ ਤੁਸੀਂ ਮਹਾਪੈਕ ਲੈ ਲੈ ਬੱਚੋ ਤਾਂ ਮੇਰੀ 7:00 ਵਜੇ ਕਲਾਸ ਹੁੰਦੀ ਹੈ ਪਹਿਰੇ ਬੱਚੋ ਬੁਨਿਆਦ ਬੈਚ 2 ਦੇ ਵਿੱਚ ਪ੍ਰੀਤ ਕੋਰ ਜੀ ਬੱਚੇ ਤੁਹਾਡੇ ਅਕਾਊਂਟ ਚ ਗੜਬੜ ਹੈ ਕੋਈ ਹੈਨਾ ਉਹ ਜਿਵੇਂ ਸੀ ਆਈ ਡੀ ਵਾਲੇ ਨਹੀਂ ਕਹਿੰਦੇ ਹੁੰਦੇ ਵੀ ਗੜਬੜ ਹੈ ਕੋਈ ਗੜਬੜ ਹੈ ਤਾਂ ਗੜਬੜ ਹੈ ਬੱਚੋ ਹੈਨਾ ਤੁਸੀਂ ਕੋਡ ਕਿਹੜਾ ਲਾਇਆ ਸੀ ਮਹਾਪੈਕ ਲੈਣ ਲਈ Y727 ਲਾਇਆ ਸੀ ਪੂਜਾ ਮੋਰੀਆ ਜੀ ਇਹ ਗਿਫਟ ਦਾ ਸਾਰੇ ਆਪਣੇ ਉਦਨ ਹੀ ਪਤਾ ਲੱਗਣਗੇ ਲੁਧਿਆਣੇ ਵਾਲ ਲੁਧਿਆਣੇ ਆਗੇ ਹਾਂਜੀ ਬਿਲਕੁਲ ਬੱਚੇ ਲਾਈਨ ਪ੍ਰਿੰਟਰ ਲਾਈਨ ਪ੍ਰਿੰਟਰ ਕੀ ਹੈ ਬੱਚੋ ਇੱਕ ਲਾਈਨ ਪ੍ਰਿੰਟ ਕਰ ਦਿੰਦਾ ਕੀ ਕਹਿੰਦੇ ਪਹਿਲੇ ਬੱਚੋ ਇੱਕ ਲਾਈਨ ਪ੍ਰਿੰਟ ਕਰ ਦਿੰਦਾ ਇਕੱਠੀ ਤਾਂ ਨੂੰ ਲਾਈਨ ਪ੍ਰਿੰਟਰ ਕਹਿੰਦੇ ਨੇ ਤਾਂ ਇਹਦੀ ਸਪੀਡ ਮੈਜ਼ਰ ਕਰਦੇ ਪਹਿਰੇ ਬੱਚੋ ਲਾਈਨ ਪਰ ਮਿੰਟ ਦੇ ਵਿੱਚ ਮੈਜ਼ਰ ਕਰਦੇ ਆ ਕਿਦੇ ਵਿੱਚ ਕਰਦੇ ਆ ਪਹਿਰੇ ਬੱਚੋ ਲਾਈਨ ਪਰ ਮਿੰਟ ਦੇ ਵਿੱਚ ਮੈਜ਼ਰ ਕਰਦਿਆਂ ਦਾ ਪ੍ਰਿੰਟ ਲਾਈਨ ਪ੍ਰਿੰਟਰ ਕੰਪਲੀਟ ਸੇ ਲਾਈਨ ਹੈਵੇ ਵਾਈਡ ਰੇਂਜ ਆਫ ਡੇਟਸ 2500 ਲਾਈਨ ਪਰ ਮਿੰਟ ਆਪਾਂ ਕੀ ਕਰ ਦਿੰਨੇ ਆ ਛਾਪ ਦਿੰਨੇ ਆ ਲਾਈਨ ਪ੍ਰਿੰਟਰ ਦੇ ਨਾਲ ਤਾਂ ਬੱਚੇ ਬੁਨਿਆਦ 10 ਡੇਜ਼ ਹੋ ਗਏ ਜੀ ਬੱਚੇ ਬੁਨਿਆਦ 2.0 ਹੈ ਬੁਨਿਆਦ 2.0 ਦੇ ਵਿੱਚ ਜਾ ਕੇ ਮੇਰੀ 7 ਵਜੇ ਤੁਹਾਨੂੰ ਕਲਾਸ ਮਿਲ ਜੂਗੀ ਤਾਂ ਅੱਜ ਹੀ ਤੁਸੀਂ ਐਪ ਓਪਨ ਕਰਕੇ ਬੁਨਿਆਦ 2.0 ਦੇ ਵਿੱਚ ਜਾਓ ਤੇ ਉੱਥੇ ਤੁਹਾਨੂੰ ਕਲਾਸ ਮਿਲ ਜੂਗੀ ਹਾਂਜੀ ਨੈਕਸਟ ਆਨ ਦਾ ਬਾਰੇ ਬੱਚੋ ਵਿਚ ਆਫ ਦਾ ਫਾਲਿੰਗ ਫਾਈਲ ਸਿਸਟਮ ਯੂਜ਼ਡ ਬਾਏ ਦਾ ኦਪਰੇਟਿੰਗ ਸਿਸਟਮ ਟੂ ਆਇਡੈਂਟੀਫਾਈ ਦਾ ਫਿਜ਼ੀਕਲ ਲੋਕੇਸ਼ਨ ਆਫ ਦਾ ਫਾਈਲ ਔਨ ਦਾ ਹਾਰਡ ਡਰਾਈਵ ਬਿਲਕੁਲ ਹਾਰਡ ਡਰਾਈਵ ਤੇ ਫਾਈਲ ਦੇ ਭੌਤਿਕ ਸਥਾਨਾ ਦੀ ਪਛਾਣ ਕਰਨ ਲਈ ኦਪਰੇਟਿੰਗ ਸਿਸਟਮ ਦੁਆਰਾ ਹੇਠਾਂ ਦਿੱਤੇ ਮੀ ਫਾਈਲ ਸਿਸਟਮ ਵਿੱਚੋਂ ਕਿਹੜਾ ਵਰਤਿਆ ਜਾਂਦਾ ਹੈ ਹਾਂਜੀ ਬਿਲਕੁਲ ਹਾਰਡ ਡਰਾਈਵ ਤੇ ਫਾਈਲਾਂ ਦੇ ਭੌਤਿਕ ਸਥਾਨ ਦੀ ਪਛਾਣ ਕਰਨ ਲਈ ኦਪਰੇਟਿੰਗ ਸਿਸਟਮ ਦੁਆਰਾ ਹੇਠਾਂ ਦਿੱਤੇ ਵਿੱਚੋਂ ਕਿਹੜਾ ਫਾਈਲ ਸਿਸਟਮ ਵਰਤਿਆ ਜਾਂਦਾ ਹੈ ਹਾਂਜੀ ਆਰਟੀਓਐਸ ਜੀਆਈਐਫਐਫ ਫੈਟ ਐਂਡ ਐਫਟੀਪੀ ਅੱਛਾ ਜਿਹੜਾ ਬੱਚੇ ਮੈਨੇ ਜਿਹੜਾ ਬਰਥਡੇ ਤੇ ਗਿਫਟ ਦਿੱਤਾ ਸੀ ਕਿਹਨੂ ਕਿਹਨੂ ਮਿਲ ਗਿਆ ਉਹ ਕਿਹਨੂ ਕਿਹਨੂ ਮਿਲ ਗਿਆ ਜਿਹੜਾ ਮੈਨੇ ਬਰਥਡੇ ਤੇ ਗਿਫਟ ਦਿੱਤਾ ਸੀ ਬਿਲਕੁਲ ਬਰਥਡੇ ਦੇ ਗਿਫਟ ਦਿੱਤਾ ਸੀ ਨਾ ਮੈਨੇ ਤੁਹਾਨੂੰ ਸਭ ਨੂੰ ਕਿਹਨੂ ਕਿਹਨੂ ਮਿਲ ਗਿਆ ਹਾਂਜੀ ਬੱਚੋ ਕਿਹੜਾ ਫਾਈਲ ਸਿਸਟਮ ਹੈਡਾ ኦਪਰੇਟਿੰਗ ਸਿਸਟਮ ਯੂਜ਼ ਕਰਦਾ ਹੈ ਕਦੇ ਵਾਸਤੇ ਬੱਚੇ ਵਿਚ ਆਫ ਦਾ ਫੋਲੋਇੰਗ ਫਾਈਲ ਸਿਸਟਮ ਯੂਜ਼ਡ ਬਾਏ ਦਾ ኦਪਰੇਟਿੰਗ ਸਿਸਟਮ ਟੂ ਆਇਡੈਂਟੀਫਾਈ ਦਾ ਫਿਜ਼ੀਕਲ ਲੋਕੇਸ਼ਨ ਆਫ ਦਾ ਹਾਰਡ ਡਰਾਈਵ ਹਾਂਜੀ ਹਾਰਡ ਡਰਾਈਵ ਤੋਂ ਫਾਈਲ ਸਿਸਟਮ ਨੇ ਪੋਥਿਕ ਸਥਾਨਾਂ ਦੀ ਪਛਾਣ ਕਰਨ ਲਈ ኦਪਰੇਟਿੰਗ ਸਿਸਟਮ ਦੁਆਰਾ ਕਿਹੜਾ ਹੈ ਦਿੱਤੇ ਵਿੱਚੋਂ ਕਿਹੜਾ ਫਾਈਲ ਸਿਸਟਮ ਵਰਤਿਆ ਜਾਂਦਾ ਹੈ ਹਾਂਜੀ ਤਾਂ ਬੱਚੋ ਕਿਹੜਾ ਵਰਤਿਆ ਜਾਂਦਾ ਫੈਟ ਟੇਬਲ ਵਰਤਿਆ ਜਾਂਦਾ ਕਿਹੜਾ ਵਰਤਦੇ ਨੇ ਪਰ ਬੱਚੋ ਫਾਈਲ ਫੈਟ ਟੇਬਲ ਵਰਤਿਆ ਜਾਂਦਾ ਫੈਟ ਦੀ ਫੁੱਲ ਫਾਰਮ ਹੈ ਫਾਈਲ ਅਲੋਕੇਸ਼ਨ ਟੇਬਲ ਫੈਟ ਦੀ ਕੀ ਫੁੱਲ ਫਾਰਮ ਪਰ ਬੱਚੋ ਫਾਈਲ ਅਲੋਕੇਸ਼ਨ ਟੇਬਲ ਤਾਂ ਕਿਹੜਾ ਬਰਤਨਾਂ ਵਿੱਚ ਫੈਟ ਵਰਤਦੇ ਆ ਫਾਈਲ ਅਲੋਕੇਸ਼ਨ ਟੇਬਲ ਵਰਤਦੇ ਆ ਬਿਲਕੁਲ ਦਾ ਡਾਇਰੈਕਟਰੀ ਲੋਕੇਸ਼ਨ ਆਫ ਦਾ ਡਿਸਕ ਸਟੋਰ ਫਾਈਲ ਥੀਨ ਐ ਕੰਪਿਊਟਰ ਸਿਸਟਮ ਦਾ ਡਾਇਰੈਕਟਰੀਜ਼ ਆਰ ਯੂਜ਼ਡ ਇਨ ਫਾਈਲ ਸਿਸਟਮ ਫਾਈਲ ਐਂਡ ਫੋਲਡਰ ਡਾਇਰੈਕਟਲੀ ਨਹੀਂ ਹਾਇਰਾਰਕਲੀ ਤਾਂ ਇਹਨੂੰ ਕੀ ਬਰਤਨਾਂ ਬੱਚੋ ਫਾਈਲ ਅਲੋਕੇਸ਼ਨ ਟੇਬਲ ਵਰਤਦੇ ਆ ਹਾਂ ਨੈਕਸਟ ਬੱਚੋ ਕੀ ਇਟ ਦਾ ਟੈਕਨਿਕ ਇਨ ਵਿੱਚ ਅਟੈਕਰ ਕਨਵਿੰਸ ਦਾ ਅਨੋਥਰਾਇਜ਼ਡ ਯੂਜ਼ਰ ਟੂ ਪਾਸ ਦਾ ਕਲਾਸੀਫਾਈਡ ਇਨਫੋਰਮੇਸ਼ਨ ਟੂ ਅਨੋਥਰਾਇਜ਼ਡ ਪਰਸਨ ਇਜ਼ ਕਾਲਡ ਹੈਰੀ ਜੀ ਕੰਪਿਊਟਰ ਵੀ ਗਲਤ ਹੋ ਗਿਆ ਬੱਚੇ ਤਾਂ ਬਹੁਤ ਯਾਰ ਮਾੜੀ ਗੱਲ ਹੈ ਤੁਹਾਡਾ ਕੰਪਿਊਟਰ ਵੀ ਗਲਤ ਹੋ ਗਿਆ ਹੈਰੀ ਜੀ ਤਾਂ ਇਹ ਮਾੜੀ ਗੱਲ ਹੈ ਤੁਸੀਂ ਕਲਾਸ ਨਹੀਂ ਲਗਾਉਂਦੇ ਤਾਂ ਗਲਤ ਹੋ ਗਿਆ ਹੈਨਾ ਤਾਂ ਹੀ ਆ ਤੁਸੀਂ ਮੈਨੂੰ ਕਲਾਸ ਦੇ ਵਿੱਚ ਦਿਖਿਓ ਹੈਰੀ ਜੀ ਤਾਂ ਬੱਚੇ ਕੀ ਕਹਿੰਦੇ ਜੀ ਚ ਅਟੈਕਰ ਕੀ ਕਰ ਦਿੰਦਾ ਕਨਵਿੰਸ ਕਰ ਦਿੰਦਾ ਹੈ ਅਥੋਰਾਈਜ਼ ਯੂਜ਼ਰ ਨੂੰ ਬਿਲਕੁਲ ਜਿਹੜਾ ਅਥੋਰਾਈਜ਼ ਯੂਜ਼ਰਾਂ ਨੂੰ ਕਨਵਿੰਸ ਕਰ ਦਿੰਦਾ ਕਿ ਉਹ ਇਨਫੋਰਮੇਸ਼ਨ ਪਾਸ ਕਰੇ ਹੈਨਾ ਤਾਂ ਉਹਨੂੰ ਕੀ ਕਹਿੰਦੇ ਪੈਰੇ ਬੱਚੋ ਹਾਂਜੀ ਡੰਪਰਸ ਡਰਾਈਵਿੰਗ ਕਹਿੰਦੇ ਆ ਰਿਵਰਸ ਸੋਸ਼ਲ ਇੰਜੀਨੀਅਰਿੰਗ ਕਹਿੰਦੇ ਆ ਸ਼ੌਲਡਰ ਸਰਫਿੰਗ ਕਹਿੰਨੇ ਆ ਜਸ ਸੋਸ਼ਲ ਇੰਜੀਨੀਅਰਿੰਗ ਕਹਨੇ ਆ ਬਿਲਕੁਲ ਸੈਹਜ ਇੰਜੀਨੀਅਰਿੰਗ ਤਾਂ ਲਿਖ ਕੇ ਪੇਸ਼ਤਾ ਹੈ ਨਾ ਲੇਕਿਨ ਬੱਚੇ ਰਿਵਰਸ ਆਪਣਾ ਨਾਲ ਤਾਂ ਪੇਸ਼ ਦੇ ਦੋ 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 ਇੰਜੀਨੀਅਰਿੰਗ ਵਾਲੇ অপਸ਼ਨ ਰਿਵਰਸ ਸੋਸ਼ਲ ਇੰਜੀਨੀਅਰਿੰਗ ਹੈ ਤੇ ਸੋਸ਼ਲ ਇੰਜੀਨੀਅਰਿੰਗ ਇਕੱਲਾ ਹਾਂਜੀ ਬਿਲਕੁਲ ਤਾਂ ਇਹਨੂੰ ਕਹਿੰਦੇ ਬੱਚੋ ਸੋਸ਼ਲ ਇੰਜੀਨੀਅਰਿੰਗ ਕਹਿੰਦੇ ਆ ਕੀ ਕਹਿੰਦੇ ਪੇਰੇ ਬੱਚੋ ਸੋਸ਼ਲ ਇੰਜੀਨੀਅਰਿੰਗ ਤਾਂ ਬੱਚੋ ਇੱਕ ਮੇਰੀ ਕਲਾਸ ਕੰਪਿਊਟਰ ਦੀ ਕੈਮੇ ਦੀ ਕਲਾਸ ਹੈ ਜਿਹੜੀ ਬੱਚੇ ਨੂੰ ਪੇਪਰ ਦੇਣ ਤੋਂ ਬਾਅਦ ਪੇ ਬੱਚਾ ਲੰਦਾ ਕਲਾਸ ਸਿਰਫ ਫਾਇਰ ਮੈਂ ਹਿੰਦਾ ਤਾਂ ਕੰਪਿਊਟਰ ਬਹੁਤ ਸੋਖਾ ਆ ਗਿਆ ਸੀ ਤੁਸੀਂ ਕਲਾਸ ਲਾਣੇ ਪੂਜਾ ਮੋਰੀਆ ਜੀ ਤੁਸੀਂ ਕਲਾਸ ਲਾਣੇ ਬੱਚੇ ਤਾਂ ਸੋਖਾ ਲੱਗਦਾ ਹੈ ਬੱਚਾ ਨਹੀਂ ਕਲਾਸ ਲਗਾਉਂਦਾ ਉਹਨੂੰ ਕੀ ਕਹਿੰਦੇ ਪੇਰੇ ਬੱਚੋ ਹੈਨਾ ਤਾ ਉਹਨੂੰ ਕੀ ਕਹਿੰਦੇ ਨੇ ਉਹਨੂੰ ਉਹਨੂੰ ਬੱਚੇ ਨੂੰ ਔਖਾ ਹੀ ਲੱਗਦਾ ਕਿਉਂਕਿ ਆਂਦਾ ਨਹੀਂ ਹੁੰਦਾ ਜਿਹੜੀ ਚੀਜ਼ ਨਹੀਂ ਆਂਦੀ ਹੁੰਦੀ ਉਹਨਾਂ ਨੂੰ ਔਖੀ ਲੱਗਦੀ ਤੁਸੀਂ ਕਲਾਸ ਲਾਉਂਦੇ ਹੋ ਡਿੱਟੋ ਆਪਣੀ ਕਲਾਸਾਂ ਦੇ ਵਿੱਚੋਂ ਆਂਦਾ ਪੇਪਰ ਤਾਂ ਕਰਕੇ ਬੱਚੇ ਕਹਿੰਦੇ ਸਰ ਕੰਪਿਊਟਰ ਸੋਖਾ ਆਇਆ ਸੀ ਤੇ ਬੱਚਾ ਮੇਰੀ ਕਲਾਸ ਉਦੋਂ ਲਾਂਦੇ ਉਹਨੂੰ ਪਤਾ ਲੱਗਦਾ ਪੇਪਰ ਚ ਪੇਪਰ ਜਰ ਕੰਪਿਊਟਰ ਗਲਤ ਹੋ ਗਿਆ ਦੂਜਾ ਬੱਚਾ ਕਹਿੰਦਾ ਕਹਿੰਦਾ ਮੈਂ ਤਾਂ ਜੈਨ ਸਰ ਦੀਆਂ ਕਲਾਸਾਂ ਲਾਣਾ ਮੇਰਾ ਤਾਂ ਸਾਰਾ ਕੰਪਿਊਟਰ ਸਹੀ ਹੈ ਫੇਰ ਸੋਚਦੇ ਆ ਵੀਰ ਚਲੋ ਲਾ ਲਿਆ ਕਰੀਏ ਸਰ ਦੀ ਕਲਾਸ ਹਨਾ ਕਿੱਡੀ ਗੱਲ ਹੁੰਦੀ ਹੈ ਘੰਟ ਹਾਂਜੀ ਬਿਲਕੁਲ ਜੀ ਬਿਲਕੁਲ ਤਾਂ ਬੱਚੋ ਸੋਸ਼ਲ ਇੰਜੀਨੀਅਰਿੰਗ ਕੀ ਹੁੰਦੀ ਹੈ ਟੈਕਟਿਕ ਆਫ ਮੈਨਿਪੂਲੇਟਿੰਗ ਇਨਫਲੂਐਂਸਿੰਗ ਐਂਡ ਡਿਸੀਵੀੰਗ ਅ ਵਿਕਟਮ ਇਨ ਆਰਡਰ ਟੂ ਗੇਨ ਦਾ ਕੰਟਰੋਲ ਓਵਰ ਅ ਕੰਪਿਊਟਰ ਸਿਸਟਮ ਬਿਲਕੁਲ ਕੀ ਹੈ ਸੋਸ਼ਲ ਇੰਜੀਨੀਅਰਿੰਗ ਨਾਲ ਆਪਾਂ ਕਿਸੇ ਨੂੰ ਪਲੋ ਕੇ ਕੋਈ ਤਰੀਕੇ ਯੂਜ਼ ਕਰਕੇ ਕਿਸੇ ਨੂੰ ਹੈਨਾ ਕਿਸੇ ਨੂੰ ਆਪਾਂ ਐਂ ਕਹਿ ਕੇ ਵੀ ਹਾਂ ਤੇ ਵੀ ਪਲੋ ਕੇ ਲੈ ਲਾਉਂਦਾ ਕਿਸੇ ਤੋਂ ਪਾਸਵਰਡ ਵੀ ਹੈ ਕੋਈ ਟੈਕਨੀਕ ਕੋ ਚਤੁਰਾਈ ਕਰਕੇ ਹੈਨਾ ਕਿਸੇ ਤੋਂ ਪਾਸਵਰਡ ਲੈ ਲੈਣਾ ਨੂੰ ਸੋਸ਼ਲ ਇੰਜੀਨੀਅਰਿੰਗ ਕਹਿੰਦੇ ਹਾਂ ਸੁਰਿੰਦਰ ਕੌਰ ਜੀ ਆਣੀ ਗਲਬੰਦੀ ਐ ਮੈਨੀ ਗਲਬੰਦੀ ਪੇਪਰ ਸਾਰੇ ਦਿਆ ਕਰੋ ਸੁਰਿੰਦਰ ਕੌਰ ਜੀ ਪੇਪਰ ਸਾਰੇ ਦਿਆ ਕਰੋ ਬੱਚੋ ਨੈਕਸਟ ਵਿੱਚ ਆਫ ਦਾ ਫੋਲੋਇੰਗ ਕੀ ਕੰਬੀਨੇਸ਼ਨ ਕੈਨ ਬੀ ਯੂਜ਼ ਟੂ ਓਪਨ ਦਾ ਟਾਸਕ ਮੈਨੇਜਰ ਬਿਲਕੁਲ ਟਾਸਕ ਮੈਨੇਜਰ ਨੂੰ ਖੋਲਣ ਲਈ ਇੱਥਾਂ ਲਿਖਿਆ ਵਿੱਚੋਂ ਕਿਹੜੀ ਕੁੰਜੀ ਦਾ ਸੁਮੇਲ ਵਰਤਿਆ ਜਾ ਸਕਦਾ ਹੈ ਬਿਲਕੁਲ ਜਿਹੜੇ ਸਬਜੈਕਟ ਕਰੇ ਨਹੀਂ ਉਹ ਤੇ ਡੋਲੂ ਮੰਨ ਜਾਗੇ ਬੱਚੇ ਬਿਲਕੁਲ ਜਿਹੜੇ ਸਬਜੈਕਟ ਨਹੀਂ ਕਰਿਓ ਤਾਂ ਡੋਲੂ ਮੰਨ ਜਾਜੇ ਜੇ ਤੁਸੀਂ ਕਲਾਸ ਨਹੀਂ ਲਾਉਂਗੇ ਮੇਰੀ ਕਲਾਸ ਨੂੰ ਬੱਚੇ ਲਾਈਟਲੀ ਲੱਲਣਦੇ ਲੇਕਿਨ ਬੱਚੇ ਨੂੰ ਆਪ ਵੀ ਪਤਾ ਵੀ ਆਂਦਾ ਜਾਂਦਾ ਜੈਨ ਸਰ ਦੀ ਕਲਾਸ ਚੋਂ ਹੈ ਹਨਾ ਤਾਂ ਕਾਫੀ ਮੇਰੇ ਚ ਮੈਂ ਲਿਖਦੀ ਆ ਵੀ ਕਾਫੀ ਕਮੈਂਟ ਆਂਦੇ ਟੈਲੀਗ੍ਰਾਮ ਤੇ ਵੀ ਕੰਪਿਊਟਰ ਆਏਗਾ ਤਾਂ ਜੈਨ ਸਰ ਦੀ ਕਲਾਸ ਦੇ ਵਿੱਚੋਂ ਹੈਨਾ ਤੇ ਯਾ ਬੁੱਕ ਦੇ ਵਿੱਚੋਂ ਬੁੱਕ ਦੇ ਵਿੱਚੋਂ ਡਿਟੋ ਕੁਐਸਚਨ ਆਇਆ ਆਪਣੀ ਬੁੱਕ ਦੇ ਵਿੱਚੋਂ ਫਾਇਰਮੈਨ ਦੇ ਵਿੱਚ ਤਾਂ ਬੱਚੋ ਕੀ ਹੈ ਕੰਟਰੋਲ ਐਸਕੇਪ ਸ਼ਿਫਟ ਯੂਜ਼ ਕਰਦੇ ਆ ਕਹਿੰਦੇ ਇਹ ਟਾਸਕ ਵਿੰਡੋ ਨੂੰ ਖੋਲਣ ਲਈ ਹੇਠਾਂ ਦਿੱਤੇ ਵਿੱਚੋਂ ਕਿਹੜੀ ਕੁੰਜੀ ਵਰਤੀ ਜਾਂਦੀ ਹੈ ਬਿਲਕੁਲ ਕੰਟਰੋਲ ਸ਼ਿਫਟ ਐਸਕੇਪ ਵਰਤੀ ਜਾਂਦੀ ਹੈ ਕਹਿੰਦੇ ਦਾ ਪ੍ਰੋਗਰਾਮ ਦੈਟ ਇਜ਼ ਯੂਜ਼ਡ ਬਾਈ ਸਰਚ ਇੰਜਨ ਟੂ ਸਰਚ ਦਾ ਇੰਟਰਨੈਟ ਡਾਕੂਮੈਂਟ ਯੂਜ਼ਿੰਗ देयर ਵੈਬ ਐਡਰੈਸਸਿਜ਼ ਇਜ਼ ਨੋਨ ਐਜ਼ ਹਾਂਜੀ ਬਿਲਕੁਲ ਖੋਜ ਇੰਜਾਂਦਰਾ ਉਹਨਾਂ ਦੇ ਵੈੱਬ ਪਤਿਆਂ ਦੀ ਵਰਤੋਂ ਕਰਕੇ 10 ਤੇ ਵਜ ਦੀ ਖੋਜ ਕਰਨ ਲਈ ਵਰਤਿਆ ਜਾਣ ਵਾਲਾ ਪ੍ਰੋਗਰਾਮ ਹੇਠਾਂ ਲਿਖਿਆਂ ਵਿੱਚੋਂ ਕਿਹੜਾ ਹੈ ਬਿਲਕੁਲ ਤਮ ਬੱਚੇ ਕੀ ਹੈ ਕਿ ਦ ਪ੍ਰੋਗਰਾਮ ਦੈਟ ਇਜ਼ ਯੂਜ਼ਡ ਬਾਈ ਸਰਚ ਇੰਜਨ ਸਰਚ ਇੰਜਨ ਕਿਹੜਾ ਪ੍ਰੋਗਰਾਮ ਯੂਜ਼ ਕਰਦਾ ਜੀ ਇੰਟਰਨੈਟ ਤੇ ਸਰਚ ਕਰਨ ਲਈ ਡਾਕੂਮੈਂਟਸ ਯੂজিং ਅ ਵੈਬ ਐਡਰੈਸਸ ਇਸ ਨੋਨ ਐਸ ਬਿਲਕੁਲ ਵੈਬ ਐਡਰੈਸ ਤੇ ਬੱਚੇ ਕੀ ਆਪਾਂ ਕੋਈ ਵੀ ਵੈਬ ਐਡਰੈਸ ਓਪਨ ਕਰਨਾ ਹੈ ਤਾਂ ਸਰਚ ਇੰਜਨ ਤੇ ਆਪਾਂ ਕੁਝ ਵੀ ਸਰਚ ਕਰ ਦੇਣੀ ਹੈ ਉਹ ਕਿੰਨੇ ਐਡਰੈਸ ਓਪਨ ਕਰਦਾ ਤਾਂ ਉਹ ਕਿਹੜਾ ਸੌਫਟਵੇਅਰ ਯੂਜ਼ ਕਰਦਾ ਹੈ ਕਿਹੜਾ ਫੰਕਸ਼ਨ ਯੂਜ਼ ਕਰਦਾ ਹੈ ਹੈਰੀ ਜਨਾਗਲ ਜੀ ਓੱਖਾ ਲੱਗਦਾ ਕੰਪਿਊਟਰ ਸਰ ਹੈਰੀ ਜਨਾਗਲ ਜੀ ਬੁੱਕ ਲੈ ਲਈ ਬੱਚੇ ਬੁੱਕ ਰੀਡ ਕਰੋ ਮੇਰੇ ਕਲਾਸਾਂ ਲਵ ਯਰ ਕੰਪਿਊਟਰ ਕੰਪਿਊਟਰ ਦੇ ਤੁਸੀਂ ਚੱਕਰੀਆਂ ਬੰਦੋਂਗੇ ਜਿਹੜੇ ਬੱਚੇ ਮੇਰੇ ਰੈਗੂਲਰ ਕਲਾਸਾਂ ਲਾਂਦੇ ਨੇ ਉਹ ਕਹਿੰਦੇ ਸਰ ਕੰਪਿਊਟਰ ਕੰਪਿਊਟਰ ਚੱਕ ਦਾਂਗੇ ਕੋਈ ਚੱਕਰ ਨਹੀਂ ਕਿ ਬੱਚੇ ਨੂੰ ਲੈਵਲ ਬਹੁਤ ਵਧੀਆ ਕਰਵਾਉਣਾ ਤੁਸੀਂ ਕੁਐਸਚਨ ਦਾ ਲੈਵਲ ਬਹੁਤ ਵਧੀਆ ਕਰਾਨਾ ਤੇ ਆਪਾਂ ਇਹ ਲਗਾ ਲੋ ਕਿ ਇੱਕ ਜਿਹੜੇ ਆਪਾਂ ਰਿਵਾਈਜ਼ ਵੀ ਕਰਦੇ ਰਹਿੰਨੇ ਆ ਕਲਾਸਾਂ ਰਿਪੀਟ ਕਰਦੇ ਰਹਿਣਾ ਕਿਉਂਕਿ ਕਿ ਇਹਨਾਂ ਦੇ ird gir di computer ਘੁੰਮਦਾ ਇਹਨਾਂ ਚ ਹੀ ਪੇਪਰ ਆਣਾ ਤਾਂ ਮੈਂ ਨਾਲ ਨਾਲ ਕਲਾਸਾਂ ਰਿਵਾਈਜ਼ ਵੀ ਕਰਵਾਉਂਦਾ ਰਹਿਣਾ ਹੈ ਨਾ ਤਾਂ ਬੱਚੋ ਖੋਜ ਇੰਜਨਾਂ ਚ ਵੈੱਬ ਪਤੇ ਦੀ ਵਰਤੋਂ ਕਰਕੇ 10:00 ਵਜੇ ਨੂੰ ਖੋਜ ਕਰਨ ਲਈ ਵਰਤੇ ਜਾਂਦੇ ਜਿਹਨੂੰ ਕਹਿੰਦੇ ਆ ਸਪਾਈਡਰ ਕਹਿੰਦੇ ਆ ਕੀ ਕਹਿੰਦੇ ਆ ਪਰ ਬੱਚੋ ਸਪਾਈਡਰ ਕਹਿੰਦੇ ਆ ਬਿਲਕੁਲ ਸਪਾਈਡਰ ਯੂਜ਼ ਕਰਦੇ ਆ ਕੀ ਕਹਿੰਦੇ ਗੂਗਲ ਬਾਬਾ ਨੂੰ ਯੂਜ਼ ਕਰਦੇ ਬੱਚੋ ਇਹ ਪੁੱਛ ਰਿਹਾ ਸਰਚ ਇੰਜਨ ਕਿਹੜਾ ਅੱਗੇ ਫੰਕਸ਼ਨ ਯੂਜ਼ ਕਰਦਾ ਹੈ ਸਪਾਈਡਰ ਯੂਜ਼ ਕਰਦਾ ਹੈ

ਹਾਂਜੀ ਕਹਿੰਦੇ ਵੈਬ ਸਰਚ ਇੰਜਨਾਂ ਸਮંદર ਵੈਬਸਾਈਟ ਯੂਜ਼ੇ ਵੈਬ ਕ્રોલਿੰਗ ਐਂਡ ਸਪਾਈਡਰਿੰਗ ਸੌਫਟਵੇਅਰ ਟੂ ਅਪਡੇਟ ਥੇਅਰ ਵੈਬ ਕੰਟੈਂਟ ਐਂਡ ਡਿਵਾਈਸਸ ਓਨਰ ਵੈਬ ਕੰਟੈਂਟ ਬਿਲਕੁਲ ਜਿਹੜੇ ਵੈਬ ਸਰਚ ਇੰਜਨਾਂ ਡਿਵਾਈਸਸ ਐਂਡ ਵੈਬ ਇਹ ਯੂਜ਼ ਕਰਦੇ ਨੇ ਕੀ ਬੱਚੋ ਸਪਾਈਡਰ ਐਂਡ ਵੈਬ ਕ્રોલਿੰਗ ਸੌਫਟਵੇਅਰ ਯੂਜ਼ ਕਰਦੇ ਹਾਂ ਸਰ ਬੁੱਕ ਕੀ ਹੈ ਬਤਾ ਦਿਓ ਬੁੱਕ ਨੇਮ ਜੀ ਬੁੱਕ ਨੇਮ ਹੈ ਬੱਚੇ ਡਿਜੀਟਲ ਗੁਰੂ ਦੇ ਨਾਮ ਤੇ ਬੁੱਕ ਹੈ ਡਿਜੀਟਲ ਗੁਰੂ ਨਾਲ ਇਹਦੇ ਵਿੱਚ ਪੇਡ ਬੈਚ ਵੀ ਫ੍ਰੀ ਹੈ ਹੈਨਾ ਫਰੀ ਬੈਚ ਫ੍ਰੀ ਹੈ ਤੇ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਪੰਜਾਬੀ ਵਿੱਚ ਵੀ ਕੰਪਿਊਟਰ ਹੈ ਪਲੱਸ ਇੰਗਲਿਸ਼ ਦੇ ਵਿੱਚ ਵੀ ਕੰਪਿਊਟਰ ਹੈ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਪਹਿਲੀ ਬੁੱਕ ਹੈ ਪੰਜਾਬ ਦੀ ਕੋਈ ਨਹੀਂ ਹੈਗਾ ਵੀ ਪੰਜਾਬੀ ਤੇ ਇੰਗਲਿਸ਼ ਕੰਪਿਊਟਰ ਹੈ ਪ੍ਰੀਵੀਅਸਲੀ ਰੈਮ ਸੀਕਿਊ ਹੈ ਸ਼ਾਰਟਕੱਟ ਕੀਜ਼ ਹੈ ਫੁੱਲ ਫਾਰਮਸ ਹੈ ਸਾਰਾ ਕੁਝ ਹੈ ਬੁੱਕ ਦੇ ਵਿੱਚ ਤਾਂ ਕਹਿੰਦਾ ਦੁਨੀਆ ਦਾ ਪਹਿਲਾ ਪੂਰੀ ਤਰ੍ਹਾਂ ਆਮ ਉਦੇਸ਼ ਵਾਲਾ ਕੰਪਿਊਟਰ ਕਿਹੜਾ ਸੀ ਹਾਂਜੀ ਭਾਰਤ ਦਾ ਪਹਿਲਾ ਆਪਾਂ ਦੁਨੀਆ ਦਾ ਪਹਿਲਾ इलैक्ट्रॉनिक आम उद्देश वाला कंप्यूटर के हाँ जी बिल्कुल तो किचो एनीएकड़ा पेरे बचो एनीएक एनी बिल्कुल दुनिया का पूरी तरह इलैक्ट्रॉनिक आम उद्देश वाला कंप्यूटर कहरे बचो एनीएक जनरल परपज कंप्यूटर पहला एनीएक द फुल फॉर्म की है इलेक्ट्रॉनिक नमरिकल इंटीग्रेट ऑटोमेटिक कंप्यूटर या कैलकुलेटर एड इलेक्ट्रॉनिक डिस्क्रीट वेरिएबल ऑटोमेटिक कंप्यूटर या कैलकुलेटर एडवैक इलेक्ट्रॉनिक डिले नहीं सॉरी एडसे इलेक्ट्रॉनिक डिले स्टोरेज ऑटोमेटिक कंप्यूटर या कैलकुलेटर एडवैक इलेक्ट्रॉनिक डिले वेरिएबल ऑटोमेटिक कंप्यूटर ये यूनिवैक्स कुछ नहीं होंनिवैक्स कुछ नहीं हूँ ਹਾਂਜੀ ਬਿਲਕੁਲ ਪਿਆਰੇ ਬੱਚੋ ਬਿਲਕੁਲ ਸਰ ਜੀ ਪਟਵਾਰੀ ਦਾ ਬੈਚ ਨਿਊਜ਼ ਸੌਲਵਸਟ ਟਾਪਿਕ ਬੱਚੇ 5-7 ਦਿਨ ਦੇ ਅੰਦਰ ਅੰਦਰ ਹੋ ਜਾਊਗਾ ਸਰਬ ਰਾਜਪੂਰ ਜੀ ਤੁਸੀਂ ਮਹਾ ਪੈਗ ਲਿੱਤਾ ਹੈ ਬੱਚੋ ਇਹ ਪਰਸਨ ਸੀ ਬੱਚੇ ਜਿਨੇ ਐਨ ਇੱਕ ਬਣਾਇ ਸੀ ਹੰਨੇ ਬੜੇ ਬੜੇ ਕੰਪਿਊਟਰ ਹੁੰਦੇ ਸੀ ਹੰਨੇ ਇੱਕ ਦੇਖੋ ਕਿ ਡਬੜਾ ਕੰਪਿਊਟਰ ਸੀ ਹਨਾ ਅੱਜ ਕੱਲ ਆਪਾਂ ਹੱਥਾਂ ਦੇ ਚੱਕੀ ਫਿਰਦੇ ਆ ਨੈਕਸਟ ਅੰਦੇ ਬੱਚੇ ਆਪਣੇ ਕੋਲੇ ਵਿਚ ਲੈਂਗੁਏਜ ਡਸ ਨੋਟ ਰਿਕਵਾਇਰ ਅ ਕਨਵਰਸਨ ਆਫ ਕੰਪਿਊਟਰ ਐਂਡ ਪ੍ਰੋਸੈਸ ਇਟ ਕੈਨ ਬੀ ਡਾਇਰੈਕਟਲੀ ਪ੍ਰੋਸੈਸਡ ਹਾਂਜੀ ਬਿਲਕੁਲ ਤਾਂ ਕਹਿੰਦੇ ਕਿਹੜੀ ਭਾਸ਼ਾ ਇਸ ਦੀ ਪ੍ਰਕਿਰਿਆ ਕਰਨ ਲਈ ਕੰਪਿਊਟਰ ਦੁਆਰਾ ਪਰਿਵਰਤਨ ਦੀ ਲੋੜ ਨਹੀਂ ਹੁੰਦੀ ਸਿੱਧੇ ਤੌਰ ਤੇ ਪ੍ਰਕਿਰਿਆ ਕੀਤੀ ਜਾ ਸਕਦੀ ਹੈ ਤਾਂ ਉਹਨੂੰ ਕੀ ਕਹਿੰਦੇ ਨੇ ਹਾਂਜੀ ਬਿਲਕੁਲ ਕਹਿੰਦੇ ਕਿਹੜੀ ਭਾਸ਼ਾ ਨੂੰ ਇਸ ਦੀ ਪ੍ਰਕਿਰਿਆ ਕਰਨ ਦੀ ਲੋੜ ਦੁਆਰਾ ਲੋਡ ਨਹੀਂ ਹੁੰਦੀ ਇਹਨੂੰ ਸਿੱਧੇ ਤੌਰ ਤੇ ਕੰਪਿਊਟਰ ਦੀ ਪ੍ਰਕਿਰਿਆ ਕੀਤੀ ਜਾ ਸਕਦੀ ਹੈ ਤਾਂ ਉਹਨੂੰ ਕੀ ਕਹਿੰਦੇ ਨੇ ਕਹਿੰਦੇ ਵਿੱਚ ਲੈਂਗੁਏਜ ਡਸ ਨੋਟ ਰਿਕਵਾਇਰ ਕਨਵਰਜਨਸ ਬਾਈ 올 ਦਾ ਕੰਪਿਊਟਰ ਟੂ ਪ੍ਰੋਸੈਸ ਇਟ ਕੈਨ ਬੀ ਡਾਇਰੈਕਟਲੀ ਬੀ ਪ੍ਰੋਸੈਸਡ ਤਾਂ ਉਹਨੂੰ ਕਿਹੜੀ ਕਹਿੰਦੇ ਨੇ ਬਾਰੇ ਬੱਚੋ ਬੱਚੇ ਇਹ ਬਣਾਇਆ ਸੀ ਜੋਂ ਮੈਕਲੀ ਤੇ ਇੱਕ ਪਰਪਟ ਨੇ ਬਣਾਇਆ ਸੀ ਜੋਂ ਮੈਕਲੀ ਤੇ ਐਨ ਇੱਕ ਪਰਪਟ ਨਾਮ ਦੇ ਬੰਦੇ ਸੀ ਜਿਨ੍ਹਾਂ ਨੇ ਇਹ ਬਣਾਇਆ ਸੀ ਐਨ ਇੱਕ ਬਿਲਕੁਲ ਕਿਹੜੀ ਭਾਸ਼ਾ ਬੱਚੇ ਦੀ ਕੰਪਿਊਟਰ ਡਾਇਰੈਕਟਲੀ ਪ੍ਰੋਸੈਸ ਕਰਦੇ ਹਨ ਆਪਾਂ ਨੂੰ ਕਨਵਰਜਨ ਦੀ ਲੋੜ ਨਹੀਂ ਪੈਂਦੀ 댓 ਇਜ਼ ਅ ਮਸ਼ੀਨ ਲੈਵਲ ਲੈਂਗੁਏਜ ਕਿਹੜੀ ਲੈਂਗੁਏਜ ਹੈ ਪੈਰੇ ਬੱਚੋ ਮਸ਼ੀਨ ਮਸ਼ੀਨ ਲੈਵਲ ਲੈਂਗੁਏਜ ਹੈ ਬਿਲਕੁਲ ਸਰ ਜੀ ਵੀ ਸੀਰੀਜ਼ ਵੀ ਇਹ ਹੀ ਲਾਂਚ ਕਰ ਦਿਓ ਸਰ ਇਹ ਟੈਸਟ ਸੀਰੀਜ਼ ਵੀ ਲਾਂਚ ਕਰ ਦਿਓ ਆ ਨੂੰ ਜਿੰਦਲ ਜੀ ਬੱਚੇ ਮੈਂ ਗੱਲ ਕਰਦਾ ਟੈਸਟ ਸੀਰੀਜ਼ ਨਾਲ ਟੈਸਟ ਸੀਰੀਜ਼ ਨਾਲ ਗੱਲ ਕਰਦਾ ਲਾਂਚ ਕਰਵਾ ਦਿੰਦਾ ਉਹਦੀ ਵੀ ਹੈਨਾ ਤਾਂ ਕੰਪਿਊਟਰ ਯੂਜ਼ a ਬਾਈਨਰੀ ਲੈਂਗੁਏਜ ਟੂ ਇੰਟਰਪ੍ਰੀਟ ਦਾ ਡਾਟਾ a ਕੰਪਿਊਟਰ ਇਜ਼ a ਮਸ਼ੀਨ ਲਾਇਬਰ ਐਂਡ ਓਨਲੀ ਨੰਮੈਰਿਕ ਲੈਂਗੁਏਜ ਅੰਡਰਸਟੂਡ ਵਟ ਏਵਰ ਦਾ ਇਨਫੋਰਮੇਸ਼ਨ ਇਜ਼ ਸਟੋਰਡ ਇਨ ਕੰਪਿਊਟਰ ਥੈਟ ਇਜ਼ ਸਟੋਰਡ ਇਨ a 0 ਐਂਡ 1 ਬਿਲਕੁਲ ਕੰਪਿਊਟਰ ਯੂਜ਼ ਕਰਦਾ ਬੱਚੋ ਬਾਈਨਰੀ ਲੈਂਗੁਏਜ ਨੂੰ ਹੈਨਾ ਤੇ ਇਹ 0 1 ਨੂੰ ਸਪੋਰਟ ਕਰਦਾ ਹੈ ਚਾਰਲਸ ਬੈਬੇਜ ਕੌਣ ਸੀ ਬੱਚੇ ਕੰਪਿਊਟਰ ਦਾ ਡੈਡੀ ਹੈਰੀ ਜਨਾਗਲ ਜੀ ਚਾਰਲਸ ਬੈਬੇਜ ਕੰਪਿਊਟਰ ਦਾ ਡੈਡੀ ਸੀ ਬਿਲਕੁਲ ਗੁਰਵਿੰਦਰ ਸੰਧੂ ਜੀ ਰਾਈਟ ਬੱਚੇ ਗੁਰਵਿੰਦਰ ਸੰਧੂ ਜੀ ਰਾਈਟ ਇਨ ਵਿਚ ਆਫ ਦਾ ਫੋ ਨੀਡੇਡ ਫੋਰ ਅ ਵੈਬਸਾਈਟ ਹਾਂਜੀ ਕਿਹੜੇ ਸਰਵਰ ਆ ਬੱਚੇ ਜਿਹੜੇ ਆਪਣੇ ਕੀ ਹੈ ਵੈਬਸਾਈਟ ਲਈ ਨੀਡੇਡ ਹੁੰਦੇ ਨੇ ਹਾਂਜੀ ਕਿਹੜੇ ਵਰ ਸਰਵਰ ਨੇ ਜਿਹੜੇ ਵੈਬਸਾਈਟ ਲਈ ਆਪਾਂ ਨੂੰ ਨੀਡੇਡ ਹੁੰਦੇ ਨੇ ਇੱਕ ਵੈਬਸਾਈਟ ਲਈ ਆਮ ਤੌਰ ਤੇ ਹੇਠਾਂ ਲਿਖਿਆ ਵਿੱਚੋਂ ਕਿਹੜੇ ਸਰਵਰ ਦੀ ਲੋਡ ਹੁੰਦੀ ਹੈ ਕੰਪਿਊਟਰ ਦੀ ਮਦਰ ਕੌਨਸੀ ਅੱਛਾ ਕੰਪਿਊਟਰ ਦੀ ਮੰਮੀ ਦਾ ਨਾਮ ਪੁੱਛਦੇ ਹੋ ਬੱਚੋ ਜਲਦੀ ਜਲਦੀ ਦੱਸੋ ਜਿਹੜੇ ਬੱਚੇ ਲਾਈਵ ਨੇ ਜਿਹੜੇ ਬੱਚੇ ਮੇਰੇ ਤੋਂ ਡੇਲੀ ਪੜ੍ਹਦੇ ਨੇ ਇੱਕ ਤਾਂ ਕਹਿੰਦੇ ਤੁਸੀਂ ਸਰ ਪਾਪਾ ਦਾ ਦਾਦਾ ਦਾ ਕੰਪਿਊਟਰ ਦੀ ਮਦਰ ਦੱਸੋ ਤੇ ਤੁਸੀਂ ਮਦਰ ਤਾਂ ਪੁੱਛ ਰਹੇ ਹੋ ਹਰੇਕ ਤੱਕ ਬੱਚੇ ਨੇ ਲਾਈਕ ਨਹੀਂ ਕੀਤਾ ਐ ਨਾ ਕਰਿਆ ਕਰੋ ਦੇਖੋ ਤੁਸੀਂ ਤਾਂ ਬਹੁਤ ਪਿਆਰੇ ਬੱਚੇ ਹੋ ਜਲਦੀ ਜਲਦੀ ਕੰਪਿਊਟਰ ਜਲਦੀ ਜਲਦੀ ਕਲਾਸ ਨੂੰ ਲਾਈਕ ਕਰੋ ਤਾਂ ਬੱਚੇ ਇਹਨਾਂ ਨੂੰ ਡੈਡੀਕੇਟਿਡ ਸਰਵਰ ਕਹਿੰਦੀ ਹੈ ਕਹਿੰਦੇ ਇੱਕ ਵੈਬਸਾਈਟ ਲਈ ਆਮ ਤੌਰ ਤੇ ਛੇਠਾ ਲਿਖਿਆਂ ਵਿੱਚੋਂ ਕਿਹਦੀ ਲੋੜ ਪੈਂਦੀ ਹੈ ਬੱਚੋ ਡੈਡੀਕੇਟਿਡ ਸਰਵਰ ਦੀ ਲੋੜ ਪੈਂਦੀ ਹੈ ਬਿਲਕੁਲ ਤਾਂ ਡੈਡੀਕੇਟਿਡ ਸਰਵਰ ਇਜ਼ ਦ ਟਾਈਪ ਆਫ ਵੈਬ ਹੋਸਟਿੰਗ ਇਜ਼ ਅ ਕਲੈਂਟ ਐਕਸਕਲੂਸਿਵਲੀ ਯੂਜ਼ ਆਫ ਐਨ ਐਂਟਾਇਰ ਸਰਵਿਸ ਬਿਲਕੁਲ ਜਿਹੜਾ ਵੈਬ ਸਰਵਿਸ ਆਪਣੇ ਕੋਲ ਕੀ ਹੈ ਡੈਡੀਕੇਟਿਡ ਸਰਵਰ ਹੈ ਉਹ ਪ੍ਰੋਵਾਈਡ ਕਰਦੇ ਆਪਣੇ ਕੋਲੇ ਕੀ ਕਲੈਂਟ ਨੂੰ ਬਿਲਕੁਲ ਜਿਹੜੇ ਮੇਰੇ ਕੋਲੇ ਪੜਦੇ ਆ ਬੱਚਾ ਨੇ ਸਾਰਿਆਂ ਨੇ ਅਨਸਰ ਦਿੱਤਾ ਵੀ ਐਡਾ ਲਵਲੇਸ ਹੈ ਐਡਾ ਲਵਲੇਸ ਬਿਲਕੁਲ ਕਿੰਨੇ ਪਿਆਰੇ ਬੱਚਿਆਂ ਦਾ ਮਤਲਬ ਤੁਸੀਂ ਮੇਰੇ ਕਲਾਸਾਂ ਜਰੂਰ ਲਾਣੇ ਆ ਸਾਰੇ ਹੈਨਾ ਜਿਨ੍ਹਾਂ ਦਾ ਐਡਾ ਲਵਲੇਸ ਆਇਆ ਅਨਾ ਅਨਸਰ ਦਾ ਕੰਪਿਊਟਰ ਦੀ ਮਾਤਾ ਦਾ ਨਾਮ ਹੈ ਐਡਾ ਲਵਲੇਸ ਕਿਉਂਕਿ ਐਡਾ ਲਵਲੇਸ ਨੇ ਕੀ ਬਣਾਇਆ ਸੀ ਕੋਈ ਮਰੈਮੀ ਪੁੱਛ ਲੈਂਦਾ ਪੇਪਰ ਵਾਲਾ ਵੀ ਇਹਨੂੰ ਇਹਨੂੰ ਮਾਤਾ ਕਿਉਂ ਕਿਹਾ ਜਾਂਦਾ ਕੰਪਿਊਟਰ ਦੀ ਜਿਵੇਂ ਚਾਰਲਸ ਬੈਬੇਜ ਨੂੰ ਤਾਂ ਕੀ ਕਹਿੰਦੇ ਆਪਾਂ ਫਾਦਰ ਕਹਿੰਦੇ ਉਹਨੇ ਡਿਫਰੈਂਸ ਇੰਜਨ ਬਣਾਇਆ ਸੀ ਐਨਾਲਿਟਿਕਲ ਇੰਜਨ ਬਣਾਇਆ ਸੀ ਉਹਨਾਂ ਨੇ ਕੀ ਕੀਤਾ ਸੀ ਉਹਨੂੰ ਮੰਮੀ ਕਹਿਣ ਲੱਗੇ ਕੰਪਿਊਟਰ ਦੀ ਹਾਂਜੀ ਬਿਲਕੁਲ ਜੀ ਮੈਨੂੰ ਯਾਦ ਨਹੀਂ ਤੁਸੀਂ ਕਰਾਇਆ ਸੀ ਇੱਕ ਦਿਨ ਬੈਚ ਦੇ ਵਿੱਚ ਬਿਲਕੁਲ ਚੁਟਕੀ ਜੀ ਕਹਿੰਦੇ ਜੈਨ ਸਰ ਜਿੰਦਾਬਾਦ ਇਹ ਚੁਟਕੀ ਦੇ ਨਾਮ ਤੋਂ ਕੋਣ ਆ ਗਿਆ ਬੱਚਾ ਜੈਨ ਸਰ ਜਿੰਦਾਬਾਦ ਕਹਿੰਦਾ ਹੈ ਗੁਰਪ੍ਰੀਤ ਸੰਧੂ ਜੀ ਕੇ ਦੇ ਮਾਰਕਸ ਪੁੱਛ ਰਹੇ ਬੱਚੇ ਅੰਤ ਸ ਹਰਦੀਪ ਕੌਰ ਜੀ 520 ਮਾਰਕਸ ਹੈ ਨੇ ਡੀਬੀਐਮਐਸ ਪ੍ਰੋਗਰਾਮਰ ਦੇ ਇੱਕ ਸਮੂਹ ਜੋ ਡੀਬੀਐਮ ਨੂੰ ਹੈਕਰਨ ਦੀ ਇਜਾਜ਼ਤ ਦਿੰਦਾ ਤਾਂ ਕੀ ਕਹਿੰਦੇ ਬੱਚੋ ਕੀ ਦੀ ਇਜਾਜ਼ਤ ਦਿੰਦਾ ਤਾਂ ਬੱਚੋ ਕੀ ਕਹਿੰਦੇ ਆ ਮੇਨਟੇਨ ਇਨ ਡਾਟਾਬੇਸ ਕਨੈਕਟਡ ਟੂ ਇਨ ਐਪਲੀਕੇਸ਼ਨ ਕ੍ਰੀਏਟ ਇਨ ਐਪਲੀਕੇਸ਼ਨ ਇਨ ਕ੍ਰੀਏਟਡ ਡਾਟਾਬੇਸ ਤਾਂ ਡੀਬੀ ਕੀ ਕਰਦੇ ਪਰੇ ਬੱਚੋ ਡਾਟਾਬੇਸ ਨੂੰ ਮੇਨਟੇਨ ਕਰਦੇ ਡਾਟਾਬੇਸ ਨੂੰ ਕੀ ਕਰਦੇ ਪਰੇ ਬੱਚੋ ਮੇਨਟੇਨ ਕਰਦਾ ਬਿਲਕੁਲ ਹਾਂਜੀ ਤਾਂ ਬੱਚੋ ਜਿਹੜੇ ਕੰਪਿਊਟਰ ਦੀ ਮਦਰ ਹੈ ਉਹਨੂੰ ਕਿਉਂ ਕਿਹਾ ਜਾਂਦਾ ਮਦਰ ਕਿਉਂ ਨਹੀਂ ਹੈ ਪ੍ਰੋਗਰਾਮਿੰਗ ਇਨਵੈਂਟ ਕੀਤੀ ਸੀ ਕੀ ਕੀਤੀ ਸੀ ਪਹਿਲੇ ਬੱਚੋ ਪ੍ਰੋਗਰਾਮਿੰਗ ਬਣਾਈ ਸੀ ਉਹਨੇ ਤਾਂ ਪ੍ਰੋਗਰਾਮਿੰਗ ਬਣਾਈ ਸੀ ਤਾਂ ਕਰਕੇ ਉਹਨੂੰ ਕੀ ਕਹਿੰਦੇ ਨੇ ਕੰਪਿਊਟਰ ਦੀ ਮਦਰ ਕਹਿੰਦੇ ਨੇ ਹਾਂਜੀ ਤਾਂ ਬੱਚੋ ਡਾਟਾਬੇਸ ਐਡਮਿਨਿਸਟਰ ਡੀਬੀ ਡਿਜ਼ਾਈਨ ਇੰਪਲੀਮੈਂਟਸ ਐਂਡ ਐਡਮਿਨਿਸਟਰ ਐਂਡ ਮੋਨਿਟਰਸ ਦਾ ਡਾਟਾ ਮੈਨੇਜਮੈਂਟ ਸਿਸਟਮ ਐਂਸ਼ੂਰਡ ਥੈਟ ਡਿਜ਼ਾਈਨ ਕੋ ਕੰਸਿਸਟੈਂਸੀ ਐਂਡ ਕੁਆਲਿਟੀ ਔਫ ਵੈਨ ਇਸ ਸਿਕਿਉਰਿਟੀ ਬਿਲਕੁਲ ਡੀਬੀਏ ਕੀ ਕਰਦਾ ਪੈਰੇ ਬੱਚੋ ਮੈਂਟੇਨੈਂਸ ਕਰਦਾ ਕੰਪਿਊਟਰ ਦੀ ਮੈਂਟੇਨੈਂਸ ਕਰਦਾ ਹੈਨਾ ਤਾਂ ਇੱਕ ਜੋਕ ਵੀ ਚੱਲਦਾ ਹੁੰਦਾ ਕਹਿੰਦੇ ਪ੍ਰੋਗਰਾਮਿੰਗ ਸਮਝ ਨਹੀਂ ਕਿਉਂ ਇੰਨੀ ਓਕੀ ਹੈ ਕਿਉਂਕਿ ਕਹਿੰਦੇ ਇੱਕ ਲੇਡੀ ਨੇ ਬਣਾਈ ਸੀ ਹੈਨਾ ਇੱਕ ਲੇਡੀ ਨੇ ਬਣਾਈ ਸੀ ਤਾਂ ਪ੍ਰੋਗਰਾਮਿੰਗ ਤਾਂ ਕਰਕੇ ਸਮਝਣੀ ਓਕੀ ਹੈ ਕੌਮਲ ਬਿਸ਼ਨੋਈ ਜੀ ਕਹਿੰਦੇ ਸਰ ਤੁਸੀਂ ਬਹੁਤ ਵਧੀਆ ਕਰਵਾਉਂਦੇ ਹੋ ਠੀਕ ਹੈ ਬੱਚੋ ਥੈਂਕ ਯੂ ਜੀ ਵੈਨ ਸਟੈਂਡ ਫੋਰ ਹਾਂ ਜੀ ਵੈਨ ਦਾ ਕੀ ਅਰਥ ਹੈ ਪੈਰੇ ਬੱਚੋ ਵੈਨ वैन स्टैंड फॉर यह सौखा क्वेश्चन है छाज में क्वेश्चन के लिए बच्चे का आंसर आना चाहिए हाँ आन जी uh. बिल्कुल वैन स्टैंड फॉर बच्चे वैन बिल्कुल सब का आंसर आना चाहिए वैन वैन की की फुल फॉर्म है एक बच्चे का यह भी आंसर गलत आ गया मतलब क्लास नहीं लाता भरावा क्लास लाया कर यार तो वैन की अपने को वाइड एरिया नैटवर्क वैन की की फुल फॉर्म प्यारे बच्चों वाइड एरिया नैटवर्क दैट इज़ वैन ਤਾਂ WAN इज अ टेक्नोलॉजी दैट कनेक्ट्स योर ऑफिस डाटा क्लाउड एप्लीकेशन सेंटर देन क्लाउड स्टोरेज टुगेदर ਬਿਲਕੁਲ ਜਿਹੜੀ WAN ਹੈ ਬੱਚੇ ਇਹ ਕੀ ਕਰਦਾ ਤੁਹਾਡੇ ਆਫਿਸ ਸਾਡੇ ਕੰਪਿਊਟਰ ਜਿੰਨੇ ਵੀ ਕੰਪਿਊਟਰ ਆਲ ਓਵਰ ਵਰਲਡ ਥਰੂ ਇੰਟਰਨੈਟ ਕਨੈਕਟਡ ਹੁੰਦੇ ਨੇ ਤਾਂ ਇਹਨਾਂ ਨੂੰ ਕੀ ਕਹਿੰਦੇ ਪਰੇ ਬੱਚੋ WAN ਕਹਿੰਦੇ ਹਾਂ ਬਿਲਕੁਲ ਨੈਕਸਟ ਅਗਿਆ ਬੱਚੀ ਹੇਠਾ ਦਿੱਤੇ ਵਿੱਚੋਂ ਕਿਹੜਾ ਫਾਈਲਾਂ ਦੇ ਅੰਤ ਦੇ ਵਿੱਚ ਸ਼ਾਮਲ ਹੁੰਦਾ ਹੈ ਫਾਈਲਾਂ ਦੀ ਕਿਸਮ ਨੂੰ ਕੀ ਕਰਦਾ ਪਰ ਬੱਚੋਂ ਨਿਰਧਾਰਿਤ ਕਰਨ ਦੇ ਵਿੱਚ ਮਦਦ ਕਰਦਾ ਵਿਚ ਆਫ ਦਾ ਫੋਲੋਇੰਗ ਪ੍ਰੋਗਰਾਮ ਇਜ਼ ਅ ਕੰਟੇਨਡ ਐਟ ਦਾ ਐਂਡ ਆਫ ਦਾ ਫਾਈਲ ਨੇਮ ਹੈਲਪਸ ਟੂ ਡਿਟਰਮਾਈਨ ਦਾ ਟਾਈਪ ਆਫ ਫਾਈਲ ਹਾਂ ਜਿਹੜਾ ਫਾਈਲ ਦੇ ਐਂਡ ਤੇ ਹੁੰਦਾ ਨੇਮ ਤੇ ਫਾਈਲ ਨੂੰ ਡਿਟਰਮਾਈਨ ਕਰਦਾ ਕੀ ਕਰਦਾ ਕਿ ਆਪ ਨੂੰ ਪਤਾ ਲੱਗ ਜਾਂਦਾ ਹੈ ਫਾਈਲ ਕਿਸ ਵਾਸਤੇ ਹੈ ਹਾਂਜੀ ਹੈਟਾਂ ਦੇ ਵਿੱਚ ਜਿਹੜਾ ਫਾਈਲ ਦੇ ਨੇਮ ਦੇ ਅੰਤ ਤੇ ਸ਼ਾਮਿਲ ਹਤੇ ਫਾਈਲ ਦੀ ਕਿਸਮ ਨੂੰ ਨਿਰਧਾਰਿਤ ਕਰਨ ਦੇ ਵਿੱਚ ਮਦਦ ਕਰਦਾ ਉਹਨੂੰ ਕੀ ਕਹਿੰਦੇ ਨੇ ਫਾਈਲ ਪ੍ਰੋਪਰਟੀ ਦਾ ਨੋਮਿਨਿਕਲਚਰ ਦਾ ਨੇਮ ਦਾ ਫਾਈਲ ਐਕਸਟੈਂਸ਼ਨ ਬਿਲਕੁਲ ਪਿਆਰੇ ਬੱਚੋ ਬਿਲਕੁਲ ਸਬਦਾਂ ਅਨਸਰ ਆਣ ਜਿਹੜੇ ਪਿਆਰੇ ਬੱਚੋ ਸਬਦਾਂ ਅਨਸਰ ਆਣ ਜਿਹੜਾ ਫਾਈਲ ਦੇ ਐਂਡ ਤੇ ਹੁੰਦਾ ਤਾਂ ਫਾਈਲ ਦੇ ਐਂਡ ਤੇ ਕੀ ਲਾਣਿਆ ਪਿਆਰੇ ਬੱਚੋ ਫਾਈਲ ਐਕਸਟੈਂਸ਼ਨ ਲਾਣਿਆ ਕੀ ਲਾਣਿਆ ਫਾਈਲ ਐਕਸਟੈਂਸ਼ਨ ਜਿਵੇਂ ਆਪਾਂ ਲਾਇਆ ABC अपने को की है पी डी एफ लाता एंड थे .doc ला ला है ना डॉट डी ओ सी लाता डॉट डी ओ लाता सारे कि ने बच्चों बचो ये फाइल एक्सटेंशन है सारे कीने पेरे बचो फाइल एक्सटेंशन पी डी एफ फुल फॉर्म की होंगी है हाँ जी पी पी डी एफ की फुल फॉर्म की है पहले बचो पी डी एफ की पी डी एफ फाइल अपना पोर्टेबल डॉक्यूमेंट फाइल ਪੋਰਟੇਬਲ ਡਾਕੂਮੈਂਟ ਫਾਈਲੀਆਂ ਪੋਰਟੇਬਲ ਡਾਕੂਮੈਂਟ ਫਾਰਮੈਟ ਪੋਰਟੇਬਲ ਡਾਕੂਮੈਂਟ ਫਾਰਮੈਟ ਆਉਗੀ ਫਾਈਲ ਵੀ ਆਪਸ਼ਨ ਦੇ ਵਿੱਚ ਹੁੰਦਾ ਫਾਈਲ ਨੂੰ ਟੀਕ ਕਰਕੇ ਆਨਾ ਪੋਰਟੇਬਲ ਡਾਕੂਮੈਂਟ ਫਾਰਮੈਟ ਆਉਗੀ ਤਾਂ ਐਕਸਟੈਂਸ਼ਨ ਟੈਲ ਯੂਰ ਕੰਪਿਊਟਰ ਵਿੱਚ ਐਪਲੀਕੇਸ਼ਨ ਯੂ ਕ੍ਰੀਏਟਡ ਕੈਨ ਓਪਨ ਦਾ ਫਾਈਲ ਵਿੱਚ ਆਈਕਨ ਟੂ ਯੂਜ਼ ਫॉर ਫਾਈਲ ਬਿਲਕੁਲ ਫਾਈਲ ਐਕਸਟੈਂਸ਼ਨ ਕੀ ਹੁੰਦੀ ਹੈ ਬੱਚੇ ਫਾਈਲ ਨੂੰ ਓਪਨ ਕਰਨ ਲਈ ਯੂਜ਼ ਕਰਦੇ ਆ ਮਤਲਬ ਕਿਹੜਾ ਪ੍ਰੋਗਰਾਮ ਕਿਸ ਫਾਈਲ ਨੂੰ ਓਪਨ ਕਰੂਗਾ ਦੈਨ ਆਪਾਂ ਫਾਈਲ ਐਕਸਟੈਂਸ਼ਨ ਦਾ ਯੂਜ਼ ਕਰਦੇ ਹਾਂ ਨੈਕਸਟ ਸਟੈਪ ਬੱਚੇ ਆਪਣੇ ਕੋਲੇ ਵਿਚ ਆਫ ਦਾ ਫੋਲੋਇੰਗ ਇਜ਼ ਦਾ ਨੇਮ ਆਫ ਐਪਲੀਕੇਸ਼ਨ ਸਿਮਿਲਰ ਟੂ ਐਮ ਐਸ ਆਫਿਸ ਹਾਂਜੀ ਇਹਨਾਂ ਵਿੱਚ ਕਿਹੜਾ ਬੱਚਾ ਜਿਹੜਾ ਸਿਮਿਲਰ ਟੂ ਐਮ ਐਸ ਆਫਿਸ ਹੈ ਹੇਠਾਂ ਦਿੱਤੇ ਵਿੱਚੋਂ ਕਿਹੜਾ ਇੱਕ ਐਪਲੀਕੇਸ਼ਨ ਦਾ ਨੇਮ ਹੈ ਜੋ ਐਮ ਐਸ ਆਫਿਸ ਵਰਗੀ ਹੈ ਬਿਲਕੁਲ ਹਾਂਜੀ ਕਿਹੜਾ ਬੱਚਾ ਇਹਨਾਂ ਚੋਂ ਨੇਮ ਹੈ ਜਿਹੜਾ ਸੇਮ ਫਾਈਲ ਜਿਹੜਾ ਐਮ ਐਸ ਆਫਿਸ ਵਰਗੀ ਹੈ ਬਿਲਕੁਲ ਪਿਆਰੇ ਬੱਚੋ ਬਿਲਕੁਲ ਬੜੇ ਪਿਆਰੇ ਪਿਆਰੇ ਬੱਚੇ ਆਗੇ ਨਹੀਂ ਕਲਾਸ ਦੇ ਵਿੱਚ ਕਲਾਸ ਡੇਲੀ ਲਾਇਆ ਕਰੋ ਨਹੀਂ ਫਿਰ ਐ ਕਹਾਂ ਫਿਰ ਉਦੋਂ ਲਾਂਗੇ ਕਲਾਸ ਜਦੋਂ ਪੇਪਰ ਚ ਕੰਪਿਊਟਰ ਆਇਆ ਨਹੀਂ ਹੈਨਾ ਵੀ ਸਰ ਪੇਪਰ ਚ ਹੁਣ ਕੰਪਿਊਟਰ ਆਂਦਾ ਨਹੀਂ ਤੇ ਹੁਣ ਸਾਡੀ ਕਲਾਸ ਲਾਣੀ ਪਊਗੀ ਗਲਤ ਹੋ ਗਏ ਕੰਪਿਊਟਰ ਦੇ ਸਾਰੇ ਲਿਬਰਲ ਆਫਿਸ ਓਪਨ ਆਫਿਸ ਨਿਓ ਆਫਿਸ ਇਹ ਕਿਨੇ ਪਿਆਰੇ ਬੱਚੋ ਇਹ ਆਪਣੇ ਕੋਲੇ ਸਾਰੇ ਐਮਐਸ ਆਫਿਸ ਨਾਲ ਸਿਮਿਲਰ ਨੇ ਹਾਂਜੀ ਮੈਨੂੰ ਇਹ ਦੱਸੋ ਫਾਇਰਮੈਨ ਦਾ ਪੇਪਰ ਹੈਗਾ ਕਿਸੇ ਲਵੇ ਮੈਨੂੰ ਭੇਜੋ ਯਾਰ ਪੇਪਰ ਫਾਇਰਮੈਨ ਦਾ ਮੈਂ ਕੋਈ ਨਾ ਕੋਈ ਸ਼ਾਰਟ ਬਣਾਈਏ ਬੱਚਿਆਂ ਦੇ ਕਾਫੀ ਮੈਸੇਜ ਆ ਰਹੇ ਆ ਫਾਇਰਮੈਨ ਦਾ ਪੇਪਰ ਭੇਜੀਓ ਬੱਚੇ ਕਿਹਦੇ ਕੋਲ ਹੈਗਾ ਨਾ ਹਾਰਡ ਕਾਪੀ ਸੀ ਸੌਫਟ ਕਾਪੀ ਸੀ ਸੀ ਤਾਂ ਬੱਚੇ ਮੈਂ ਪੈਸ਼ੀ ਓਪਨ ਆਫਿਸ ਲਿਬਰਲ ਆਫਿਸ ਕਲਾਊਡ ਬੇਸਡ ਆਫਿਸ ਟੂਲਸ ਐਲ ਗੂਗਲ ਐਪਸ ਇਹਨਾਂ ਕਿਨੇ ਬੱਚੋ ਗੂਗਲ ਐਪਸ ਨੇ ਟੈਕਸਟ ਇਨ ਦਾ ਕਾਲਮ ਇਜ਼ ਜਨਰਲੀ ਅਲਾਈਨਡ ਹਾਂਜੀ ਇੱਕ ਕਾਲਮ ਵਿੱਚ ਟੈਕਸਟ ਆਮ ਤੌਰ ਤੇ ਇੱਕਸਾਰ ਹੁੰਦਾ ਤਾਂ ਕਿਤੇ ਹੁੰਦਾ ਬੱਚੋ ਜਸਟੀਫਾਈਡ ਹੁੰਦਾ ਹੈ ਰਾਈਟ ਹੁੰਦਾ ਹੈ ਸੈਂਟਰ ਹੁੰਦਾ ਹੈ ਜਾਂ ਲੈਫਟ ਹੁੰਦਾ ਹੈ ਹਾਂਜੀ इन द कोलम जनरली अलाइंडता किस साइड अलाइंट हों बचो जनरली टैक्स जो कोलम से जनरली अलाइंट हूं पेरे बच्चो वो लैफ्ट सइड से अलाइन होंगे कितने प्यरे बच्चो लैफ्ट सइडते अलाइन होंगे बिल्कुल तो आंसर की होगा प्यरे बच्चो लैफ्ट आगा नैक्सट है बच्चो शोज ए ब्रीफ डिस्क्रिप्शन ऑप्शनली कीबोर्ड शॉर्टकट्स ऑफ ए कमांड्स ऑफ ए डायलॉग बॉक्स लॉन्चर बिल्कुल एक संखेप वेरवाते विकल्पिक तौर पर डायलॉग बॉक्स लांचर दमांडा ਕੀਬੋਰਡ ਸ਼ਾਰਟਕਟ ਦਿਖਾਉਂਦਾ ਤਾਂ ਉਹਨੂੰ ਕੀ ਕਹਿੰਦੇ ਨੇ ਕੰਟੈਕਸਟ ਮੈਨੂ ਕੀ ਟਿਪ ਸਕ੍ਰੀਨ ਟਿਪ ਜਾਂ ਲਾਈਵ ਪ੍ਰੀਵਿਊ ਹਾਂਜੀ ਬਿਲਕੁਲ ਫਾਇਰਮੈਨ ਦਾ ਪੇਪਰ ਬੱਚੋ ਫਾਇਰਮੈਨ ਦਾ ਪੇਪਰ ਫਾਇਰਮੈਨ ਦਾ ਪੇਪਰ ਦਿਖਾਈ ਵੀਰ ਬੱਚਿਆਂ ਨੂੰ ਮੈਸੇਜ ਸਾਰੇ ਕਿ ਸਭ ਤੁਹਾਡੇ ਕੋਲ ਆਇਆ ਜੋ ਹੈ ਲੇਕਿਨ ਮੇਰੇ ਲਈ ਪੀਡੀਐਫ ਨਹੀਂ ਆਈ ਹਲੇ ਤੱਕ ਹਾਂਜੀ ਤਾਂ ਬੱਚੋ ਕੀ ਕਹਿੰਦੇ ਹਨ ਕਹਿੰਦੇ ਸ਼ੋਜ਼ ਬਰੀਫ ਡਿਸਕ੍ਰਿਪਸ਼ਨ ਐਂਡ ਆਪਸ਼ਨਲੀ ਕੀਬੋਰਡ ਸ਼ਾਰਟਕੱਟਸ ਆਫ ਅ ਕਮਾਂਡਸ ਆਫ ਅ ਡਾਇਲੌਗ ਬਾਕਸ ਲਾਂਚਰਸ ਉਹਨੂੰ ਕੀ ਕਹਿੰਦੇ ਨੇ ਪਿਆਰੇ ਬੱਚੋ ਉਹਨੂੰ ਕਹਿੰਦੇ ਆਪਾਂ ਸਕਰੀਨ ਟਿਪ ਕਹਿੰਦੇ ਆ ਕੀ ਕਹਿੰਦੇ ਆ ਪਿਆਰੇ ਬੱਚੋ ਆਪਾਂ ਉਹਨੂੰ ਸਕਰੀਨ ਟਿਪ ਕਹਿੰਦੇ ਆ ਬਿਲਕੁਲ ਇੱਕ ਸੰਖੇਪ ਵਿਰਪਾ ਜੋ ਵਿਕਲਪਿਕ ਤੌਰ ਤੇ ਡਾਇਲੌਗ ਬਾਕਸ ਲਾਂਚਰਾਂ ਦੀ ਇੱਕ ਕਮਾਂਡਾਂ ਤੇ ਕੀਬੋਰਡ ਦੇ ਸ਼ਾਰਟਕੱਟ ਦਿਖਾਉਂਦਾ ਤਾਂ ਉਹਨੂੰ ਕੀ ਕਹਿੰਦੇ ਆ ਪਿਆਰੇ ਬੱਚੋ ਸਕਰੀਨ ਟਿਪ ਕਹਿੰਦੇ ਆ ਬਿਲਕੁਲ ਤਾਂ ਸਕਰੀਨ ਟਿਪ ਪਰ ਦਾ ਸਮਾਲ ਵਿੰਡੋਜ਼ ਦਾ ਡਿਸਪਲੇ ਦਾ ਡਿਸਕ੍ਰਿਪਟਿਵ ਟੈਕਸ ਬਿਲਕੁਲ ਜਦੋਂ ਤੁਸੀਂ ਨਾ ਕਦੇ ਕਰਸਰ ਲੈ ਕੇ ਆਉਣੇ ਕਿਸੇ ਫਾਈਲ ਐਂਡ ਫੋਲਡਰ ਤੇ ਤੁਸੀਂ ਦੇਖਿਓ ਐਮ ਐਸ ਵਰਡ ਦੇ ਵਿੱਚ ਹੈ ਨਾ ਤਾਂ ਉਹ ਆਟੋਮੈਟਿਕਲੀ ਸ਼ੋ ਕਰਨ ਲੱਗ ਜਾਂਦਾ ਤੁਹਾਨੂੰ ਡਿਸਕ੍ਰਿਪਸ਼ਨ ਉਹਦੀ ਹੈ ਨਾ ਤਾਂ ਉਹ ਕੀ ਕਹਿੰਦੇ ਪਰੇ ਬੱਚੋ ਨੂੰ ਸਕਰੀਨ ਟਿਪ ਦੇ ਨਾਮ ਨਾਲ ਜਾਣਦੇ ਆ ਕਿਹਦੇ ਨਾਮ ਨਾਲ ਜਾਣਦੇ ਪਰੇ ਬੱਚੋ ਸਕਰੀਨ ਟਿਪ ਦੇ ਨਾਮ ਨਾਲ ਜਾਣਦੇ ਕਹਿੰਦੇ ਵਿਚ ਆਫ ਦਾ ਫੋਲੋਇੰਗ ਇਜ਼ ਰਿਲੇਟਡ ਟੂ ਹਾਂਜੀ ਇਹਨਾਂ ਵਿੱਚੋਂ ਕਿਹੜਾ ਇਹ ਐਡਰੈਸ ਹੈ ਕਿਸ ਨਾਲ ਸੰਬੰਧਿਤ ਹੈ ਜਿਹੜਾ ਇਹ ਆਪਾਂ ਐਡਰੈਸ ਲਿਖਿਆ ਹੋਇਆ ਹੈ ਕਿਸ ਨਾਲ ਸੰਬੰਧਿਤ ਹੈ ਅਹ ਠੀਕ ਹੈ ਪੂਜਾ ਮੋਰੀਆ ਜੀ ਬੱਚੇ ਬਿਲਕੁਲ ਭੇਜ ਦਿਓ ਭੇਜ ਦਿਓ ਬੱਚੋ ਭੇਜ ਦਿਓ ਹਾਂਜੀ ਬਿਲਕੁਲ ਇਹ ਕੀ ਇਹ ਬੱਚੇ ਹੈ ਜਿਹੜਾ ਐਡਰੈਸ ਲਿਖਿਆ ਹੋਇਆ ਹੈ ਕਿਸ ਨਾਲ ਸੰਬੰਧਿਤ ਹੈ ਬੱਚੋ ਇਹ ਕਿਸ ਨਾਲ ਸੰਬੰਧਿਤ ਹੈ ਹਾਂਜੀ ਇਹਨਾਂ ਵਿੱਚੋਂ ਕਿਹੜਾ ਜਿਹੜਾ ਐਡਰੈਸ ਲਿਖਿਆ ਹੋਇਆ ਹੈ ਇਹ ਕਿਸ ਨਾਲ ਸੰਬੰਧਿਤ ਹੈ ਸੀਪੀਯੂ ਐਡਰੈਸ ਮੋਨਿਟਰ ਐਡਰੈਸ ਆਈਪੀ ਐਡਰੈਸ ਜਾਂ ਆਲ ਆਫ ðiਜ਼ ਥੈਟ ਇਜ਼ ਆਈਪੀ ਐਡਰੈਸ ਕਿਡਰ ਐਡਰੈਸ ਕਹਿੰਦੇ ਪਹਿਲੇ ਬੱਚੋ ਇਹਨਾਂ ਨੂੰ ਆਈਪੀ ਐਡਰੈਸ ਕਹਿੰਿਆ ਆਈਪੀ ਸਟੈਂਡ ਫੋਰ ਇੰਟਰਨੈਟ ਪ੍ਰੋਟੋਕੋਲ ਐਡਰੈਸ ਨੈਕਸਟ ਬੱਚੋ ਆਪਣੇ ਕੋਲੇ ਹੇਠਾਂ ਦਿੱਤੇ ਵਿਕਲਪਾਂ ਵਿੱਚੋਂ ਕਿਹੜਾ ਵਿਕਲਪ ਨਿਤੀਜੇ ਦੀ ਕਿਸਮ ਨੂੰ ਦਰਸਾਉਂਦਾ ਹੈ ਕਿ ਜਿਸ ਦਾ ਮੁੱਲ ਸਹੀ ਹੈ ਜਾਂ ਗਲਤ ਹੈ ਬਿਲਕੁਲ ਸਿਮਰਨ ਕੋਰਜੀ ਥੰਬਸ ਅਪ ਜੈਨ ਸਰ ਥੈਂਕ ਯੂ ਬੱਚੇ ਕੁਝ ਬੱਚੇ ਆਪਣੀ ਅਲੱਗੀ ਪਛਾਣ ਰੱਖਦੇ ਨੇ ਨਾ ਹਾਂਜੀ which of the following option depicts the type of result whose value is either true or false ਹਾਂਜੀ true or false ਇਹ ਵੈਲਿਊਜ਼ ਡਿਪੀਕਟ ਕਰਦਾ ਬੱਚੇ ਕੌਣ ਡਿਪੀਕਟ ਕਰਦਾ ਹੈ ਬਿਲਕੁਲ ਸਬਦਾ ਅਨਸਰਾਂ ਨਾ ਜੀ ਦੇ ਬੱਚੋ ਸਬਦਾ ਅਨਸਰਾਂ ਚਾਹੀਦਾ ਇੱਕ ਬੱਚੇ ਨੇ ਐਲਗੋਰਿਦਮ ਲਿਖਤਾ ਕਿਸੇ ਨੇ ਅਰਥਮੈਟਿਕ ਲਿਖਤਾ ਤੇ ਕਾਫੀ ਬੱਚਾ ਨੇ ਕਾਪੀ ਕਰ ਲਿਆ ਐਲਗੋਰਿਦਮ ਐਲਗੋਰਿਦਮ ਕਾਫੀ ਬੱਚਾ ਨੇ ਕਾਪੀ ਕਰ ਲਿਆ ਨਹੀਂ ਬੱਚੇ ਜਿਹੜਾ ਟਰੂ ਐਂਡ ਫਾਲਸ ਵੈਲਿਊਜ਼ ਰਿਜ਼ਲਟ ਕਰ ਦੇਣਾ ਇਦਰ ਟਰੂ অর ਫਾਲਸ ਵੈਲਿਊਜ਼ ਤਾਂ ਇਹ ਕੌਣ ਰਿਟਰਨ ਕਰਦਾ ਪਹਿਲੇ ਬੱਚੋ ਇਹ ਆਪਣੇ ਕੋਲੇ ਰਿਟਰਨ ਕਰਦਾ ਹੈ ਲੌਜੀਕਲ ਕੌਣ ਰਿਟਰਨ ਕਰਦੇ ਪਹਿਲੇ ਬੱਚੋ ਲੌਜੀਕਲ ਰਿਟਰਨ ਕਰਦਾ ਹੈ ਬਿਲਕੁਲ ਜੀ ਬਿਲਕੁਲ ਤਾਂ ਇਹ ਕੌਨ ਕਰਦੇ ਪਰੇ ਬੱਚੋ ਲਾਜੀਕਲ ਰਿਟਰਨ ਕਰਦੇ ਲਾਜੀਕਲ ਹਾਂਜੀ ਨੈਕਸਟ ਹੈ ਹੇਠਾ ਦਿੱਤੇ ਵਿਕਲਪਾਂ ਵਿੱਚੋਂ ਕਿਹੜਾ ਵਿਕਲਪ ਨਾ ਕਰਦੇ ਹਾਸ਼ੀਏ ਨੂੰ ਬਦਲਣ ਲਈ ਵਰਤਿਆ ਜਾ ਸਕਦਾ ਹੈ ਹਾਂਜੀ ਕਿਹੜਾ ਵਿਕਲਪ ਬਚੇ ਵਿੱਚ ਆਫ ਦਾ ਫੋਲੋਇੰਗ অপਸ਼ਨ ਮੇ ਬੀ ਯੂਜ਼ ਟੂ ਚੇਂਜ ਦਾ ਪੇਜ ਸੈਟਅਪ ਐਂਡ ਮਾਰਜਨ ਬਿਲਕੁਲ ਕਾਪੀ ਨਹੀਂ ਕੀਤਾ ਜੀ ਅੱਛਾ ਜੀ ਚਲੋ ਗਲਤ ਹੋ ਗਿਆ ਫਿਰ ਵੀ ਉਹਨੂੰ ਠੀਕ ਕਰ ਲਓ ਮੇਰੇ ਵਾਲਾ ਕਾਪੀ ਕਰ ਲਓ ਜਿਹੜਾ ਮੈਂ ਕਰਵਾਇਆ ਸੀ ਹਾਂਜੀ ਸਰ ਮੇਰੇ ਸਹੀ ਸੀਜੀ ਗਲਤ ਨਾਲ ਸੀ ਟਾਈਪ ਹੋ ਗਿਆ ਠੀਕ ਹੈ ਬੱਚੋ ਚਲ ਹਾਂਜੀ ਤਾਂ ਹੈਠਾ ਦਿੱਤੇ ਆ ਵਿਕਲਪਾਂ ਵਿੱਚੋਂ ਕਿਹੜਾ ਵਿਕਲਪ ਪੰਨਾਕਾਰ ਤੇ ਹਾਸ਼ੀ ਨੂੰ ਬਦਲਣ ਲਈ ਵਰਤਿਆ ਜਾਂਦਾ ਹੈ ਤਾਂ ਪੇਜ ਸੈਟਅਪ ਵਿਊ ਟੂਲਸ ਜਾਂ ਡਾਟਾ ਤਾਂ ਕੀ ਵਰਤਦੇ ਆ ਫਿਰ ਬੱਚੋ ਪੇਜ ਸੈਟਅਪ ਵਰਤਦੇ ਆ ਕੀ ਵਰਤਦੇ ਆ ਫਿਰ ਬੱਚੋ ਪੇਜ ਸੈਟਅਪ ਵਰਤਦੇ ਹਾਂ ਹਾਂਜੀ ਨੈਕਸਟ ਹੈ ਬੱਚੋ ਸਪੈਸ਼ਲਾਈਜ਼ ਪ੍ਰੋਗਰਾਮ ਡਿਜ਼ਾਈਨ ਟੂ ਅਲਾਉ ਅ ਪਾਰਟਿਕੂਲਰ ਇਨਪੁਟ ਆਊਟਪੁਟ ਡਿਵਾਈਸ ਟੂ ਕਮਿਊਨੀਕੇਟ ਵਿਦ ਦਾ ਰੈਸਟ ਆਫ ਦਾ ਕੰਪਿਊਟਰ ਸਿਸਟਮ ਇਜ਼ ਕਾਲਡ ਹੈਰੀ ਜਨਾਗਲ ਜੀ ਬੱਚੇ ਗਲਤ ਐਬ ਵੀ ਚੁੱਪ ਕਰਕੇ ਨਹੀਂ ਬੈਠਣਾ ਜੇ ਨਹੀਂ ਆਂਦਾ ਮਤਲਬ ਆਪਣਾ ਆਪਸ਼ਨ ਟਿਕ ਕਰੋ ਮਿਹਨ ਮੈਂਤਾਗਲ ਆਪਸ਼ਨ ਟਿਕ ਕਰੋ ਗਲਤ ਹੋ ਜੂਗਾ ਬੱਦ ਤੋਂ ਬੱਦ ਹੋਰ ਕੀ ਹੈ ਹੈਨਾ ਲੇਕਿਨ ਯੂ ਹੈਵ ਟੂ ਟਿਕ ਯਰ ਆਨਸਰ ਹਾਂ ਬਿਲਕੁਲ ਤੁਹਾਨੂੰ ਤੁਸੀ ਟਿਕ ਕਰਨਾ ਹੈ ਆਨਸਰ ਹੈਨਾ ਲੇਕਿਨ ਗਲਤ ਹੋ ਜੂਗਾ ਜਿਆਦਾ ਜਿਆਦਾ ਕੀ ਹੋ ਜੂਗਾ ਉਹਨੇ ਕਿਹੜਾ ਵੀ ਐਵੇਂ ਅਭੀ 50 ਲੱਖ ਖਰਜੋਗੇ ਜਾਂ 10 ਲੱਖ ਖਰਜੋਗੇ ਹੈਨਾ ਤਾਂ ਲੇਕਿਨ ਜੇ ਆਨਸਰ ਦੋਗੇ ਤਾਂ ਆਨਸਰ ਦੇਣ ਨਾਲ ਬੱਚੋ ਕੀ ਹੈ ਤੁਹਾਨੂੰ ਚੀਜ਼ਾਂ ਯਾਦ ਹੋਣਗੀਆਂ ਵੀ ਹਾਂ ਕਲਾਸ ਦੇ ਵਿੱਚ ਗਲਤ ਕੀਤਾ ਸੀ ਸਰ ਨੇ ਇਹ ਦੱਸਿਆ ਸੀ ਹਨਾ ਤਾਂ ਨਾਲ ਚੀਜ਼ਾਂ ਬਹੁਤ ਜ਼ਿਆਦਾ ਫਰਕ ਪੈਂਦਾ ਬੱਚੋ ਤਾਂ ਬੱਚੋ ਕੀ ਕਹਿੰਦੇ ਕਹਿੰਦੇ ਖਾਸ ਇਨਪੁਟ ਆਉਟਪੁਟ ਡਿਵਾਈਸ ਜੋ ਬਾਕੀ ਸਿਸਟਮ ਨਾਲ ਸੰਚਾਰ ਕਰਨ ਲਈ ਇਜਾਜ਼ਤ ਦੇਣ ਲਈ ਵਰਤੇ ਜਾਂਦੇ ਤਾਂ ਉਸ ਪ੍ਰੋਗਰਾਮ ਨੂੰ ਕੀ ਕਹਿੰਦੇ ਨੇ 댓 ਇਜ਼ ਇ ਡਿਵਾਈਸ ਡਰਾਈਵਰਸ ਕਿਹਾ ਜਾਂਦਾ ਕੀ ਕਹਿੰਦੇ ਫਿਰ ਬੱਚੋ ਡਿਵਾਈਸ ਡਰਾਈਵਰਸ ਕਿਹਾ ਜਾਂਦਾ ਬਿਲਕੁਲ ਡਿਵਾਈਸ ਡਰਾਈਵਰ ਕੀ ਹੁੰਦੇ ਨੇ ਜਿਹੜੇ ਡਿਵਾਈਸ ਨੂੰ ਚਲਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਨੇ ਤਾਂ ਬੱਚੋ ਅੱਜ ਦੇ ਲਈ ਐਨੀ ਕਲਾਸ ਰੱਖਾਂਗੇ ਅੱਛਾ ਡਿਜੀਟਲ ਗੁਰੂ ਹਲੇ ਕਿਹੜੇ ਕਿਹੜੇ ਬੱਚੇ ਨੇ ਮੰਗਾਨੀ ਹੈ ਜਿਨੇ ਡਿਜੀਟਲ ਗੁਰੂ ਨਹੀਂ ਮੰਗਾਈ ਤਾਂ ਡਿਜੀਟਲ ਗੁਰੂ ਜਲਦੀ ਜਲਦੀ ਆਰਡਰ ਕਰ ਲਓ ਮੈਂ ਐਂਡ 'ਚ ਦੱਸੂਗਾ ਕਿ ਡਿਜੀਟਲ ਗੁਰੂ ਕਿਵੇਂ ਮੰਗਾਨੀ ਹੈ ਤਾਂ ਬੱਚੋ ਸੀਨੀਅਰ ਅਸਿਸਟੈਂਟ ਦਾ ਪਟਵਾਰੀ ਦੇ ਬੈਚਸ ਲਗਾਤਾਰ ਸਟਾਰਟ ਹੋ ਰਹੇ ਨੇ ਜੇ ਹਲੇ ਤੱਕ ਤੁਸੀਂ ਐਨਰੋਲ ਨਹੀਂ ਕੀਤਾ ਤਾਂ ਜਲਦੀ ਜਲਦੀ ਐਨਰੋਲ ਕਰ ਲਵੋ ਸਟੇਟ ਐਗਜ਼ਾਮ ਦੇ ਵਿੱਚ ਜਾ ਕੇ ਆਪਣੇ ਕੋਲੇ ਪੰਜਾਬ ਦੇ ਵੀ ਜਾਵਾਂਗੇ ਤਾਂ ਪੀਟ ਪੀਐਸਬੀ ਦੇ ਬੈਚਸ ਸਟਾਰਟ ਹੋ ਰਹੇ ਨੇ ਆਪਣੇ ਕੋਲੇ ਦੇਖੋ ਪੰਜਾਬ ਦੀ ਮਹਾ ਪੈਕ ਦੀ ਵੈਲਿਡਿਟੀ ਡਬਲ ਵੈਲਿ ਦਾ ਮਹਾ ਪੈਕ ਚੱਲ ਰਿਹਾ ਤਾਂ ਉਰੇ ਵੀ ਤੁਸੀਂ ਕੋਡ ਲਗਾ ਸਕਦੇ ਹੋ ਕਿਹੜਾ ਬੱਚੋ Y727 ਨੇ ਸ਼ਾਇਦ ਐਂਡ ਹੋਣ ਵਾਲੀ ਹੈ ਡਬਲ 2 ਸਾਲ ਦੀ ਵੈਲਿਡਿਟੀ Y727 S ਕੋਡ ਲਗਾ ਕੇ ਤੁਸੀਂ ਅਪਲਾਈ ਕਰੋਗੇ ਤਾਂ ਕਿੰਨੇ ਦਾ ਮਿਲ ਜੂਗਾ ਪਹਿਰੇ ਬੱਚੋ 2023 ਦਾ ਮਿਲ ਜੂਗਾ ਲੇਕਿਨ ਇਹ ਹੋਰ ਵੀ ਘੱਟ ਮਿਲ ਜੂਗਾ ਤੁਸੀਂ Y727 Y727 ਕੋਡ ਲਾਉਂਗੇ ਐਪ ਦੇ ਵਿੱਚ ਪਰਚੇਸ ਕਰੋਗੇ ਕਿੱਥੋਂ ਪਰਚੇਸ ਕਰੋਗੇ ਪਹਿਰੇ ਬੱਚੋ ਐਪ ਦੇ ਵਿੱਚੋਂ ਤਾਂ ਮਹਾਪੈਕ ਦੀ ਮੈਂ ਫੈਸਿਲਿਟੀ ਵੀ ਦੱਸ ਦਿਨਾ ਤੁਹਾਨੂੰ ਤਾਂ ਤੁਸੀਂ Y727 ਕੋਡ ਲਗਾ ਲਿਆ ਕਰੋ ਇਹਦੇ ਨਾਲ ਕੀ ਹੈ ਤੁਹਾਡੀ ਸੁਣਵਾਈ ਹੋ ਜੂਗੀ ਤੁਹਾਨੂੰ ਕੋਈ ਦਿੱਕਤ ਆਂਦੀ ਹੈ ਮਹਾਪੈਕ ਯੂਜ਼ ਕਰਨ ਦੇ ਵਿੱਚ ਹੈਨਾ ਤਾਂ ਬੱਚੋ ਬਿਲਕੁਲ ਤੁਹਾਡੀ ਸੁਣਵਾਈ ਕਰੂੰਗਾ ਮੈਂ ਹਰੇਕ ਚੀਜ਼ ਤੁਹਾਡੇ ਪੁੱਛੂੰਗਾ ਮਹਾਪੈਕ ਦੇ ਵਿੱਚ ਮਿਲੂਗਾ ਕੀ ਇਹ ਵੀ ਜਾਣ ਲੈਨੇ ਆ ਹੈਨਾ ਬਿਲਕੁਲ ਇਹ ਵੀ ਜਾਣ ਲੈਨੇ ਪੈਰੇ ਬੱਚੋ ਮਹਾਪੈਕ ਦੇ ਵਿੱਚ ਮਿਲੂਗਾ ਕੀ ਬੱਚੋ ਇਹ ਵੀ ਆਪਾਂ ਪਤਾ ਕਰ ਲੈਨੇ ਆ वाई सैवन टू सैवन कोड लाना कला देखो महापैक दे मिलूगा कि पंद्रह सौ आवर लाइव कलासेज मिलनगी ऑनलाइन लाइव क्लासि अठारह सौ त्रासी टेस्ट सीरीज मिलन पर बच्चों एटी एट ई बुक्स मिलन अठारह सौ चौंती वीडियोज़ मिलनगिया ये सारा महापैक दे मिलूगा बच्चों कि महापैक दे हाँ जी बिल्कुल जी बिल्कुल ਸਰ ਲੈਂ ਦੀ ਫੁੱਲ ਫਾਰਮ ਦਾ ਦੂਜੀ ਲੈਂ ਦੀ ਫੁੱਲ ਫਾਰਮ ਦੀ ਹੈ ਲੋਕਲ ਏਰੀਆ ਨੈਟਵਰਕ ਬੱਚੇ ਲੋਕਲੀ ਜੀ ਨੈਟਵਰਕ ਹੁੰਦੀ ਹੈ ਤਾਂ ਬੱਚੇ 2023 ਦੇ ਵਿੱਚ ਮਿਲ ਰਿਹਾ ਹੈ ਹੋਰ ਵੀ ਘੱਟ ਮਿਲੂਗਾ 2023 ਨਹੀਂ ਇੱਕ ਆਪਾਂ ਕੋਡ ਲਾਵਾਂਗੇ Y727 ਅਪਲਾਈ ਹੋਇਆ ਨਹੀਂ ਲੱਗਦਾ Y727 ਵਾਲਾ ਐਸ ਲਗਾਤਾ ਸੀ ਮੈਨੇ 1847 ਮੇਰੇ ਖਾਲ 1716 ਰੁਪਏ ਦਾ ਮਿਲ ਜੂਗਾ ਤੁਹਾਨੂੰ ਕਿੰਨੇ ਦਾ ਮਿਲ ਜੂਗਾ ਪੈਰੇ ਬੱਚੋ 1700 ਸਮਥਿੰਗ ਦਾ ਮਿਲ ਜੂਗਾ ਕੂਪਨ ਕੋਡ ਧਿਆਨ ਰੱਖਿਓ Y727 ਦਾ ਹੈ 1735 ਰੁਪਏ ਦਾ ਮਹਾਪੈਕ ਮਿਲ ਜੂਗਾ ਕਿੰਨੇ ਦਾ ਮਿਲ ਜੂਗਾ 1735 ਕੂਪਨ ਕੋਡ ਕਿੱਦਾਂ ਜਾਣਾ ਹੈ v727 ਠੀਕ ਹੈ ਬੱਚੋ ਤੇ ਜਿੰਨਾ ਬੱਚਾ ਨੇ ਹਾਲ ਤੱਕ ਬੁੱਕ ਨਹੀਂ ਆਰਡਰ ਕੀਤੀ ਬੁੱਕ ਵੀ ਆਰਡਰ ਕਰ ਲਓ ਬੁੱਕ ਬਾਰੇ ਮੈਂ ਦੱਸ ਦੇਣਾ ਬੁੱਕ ਕਿੱਥੋਂ ਪਰਚੇਸ ਕਰਨੀ ਹੈ ਤੁਸੀਂ ਬੁੱਕ ਪਰਚੇਸ ਕਰਨ ਲਈ ਤੁਹਾਨੂੰ ਕਿਤੇ ਜਾਣਾ ਪੂਗਾ ਪਿਆਰੇ ਬੱਚੋ ਪੀਡਰੀ ਪਲੱਸ ਵੀ ਤੇ ਜਾਵਾਂਗੇ ਤਾਂ ਉਹਰੇ ਡਿਜੀਟਲ ਗੁਰੂ ਸਰਚ ਕਰ ਲਓ ਕੀ ਕਰੂੰਗੇ ਪਿਆਰੇ ਬੱਚੋ ਡਿਜੀਟਲ ਗੁਰੂ ਸਰਚ ਕਰ ਲਓ ਹਾਂਜੀ ਡਿਜੀਟਲ ਗੁਰੂ ਸਰਚ ਕਰ ਲਾਂਗੇ ਬੋਥ ਲੈਂਗੁਏਜ ਦੇ ਵਿੱਚ ਬੁੱਕ ਹੈ ਪੰਜਾਬੀ ਦੇ ਇੰਗਲਿਸ਼ ਦੇ ਵਿੱਚ ਬੁੱਕ ਹੈ ਕੋਈ ਬੁੱਕ ਨਹੀਂ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਬੋਥ ਲੈਂਗੁਏਜ ਦੇ ਵਿੱਚ ਹੋਊਗੀ ਬਹੁਤ ਈਜ਼ੀ ਨਾਲ ਕੰਪਿਊਟਰ ਡਿਫਾਈਨ ਕੀਤਾ ਹੋਇਆ ਸਾਰਾ ਹੈਨਾ ਇਹਦੀ ਬੱਚੋ ਡਿਜੀਟਲ ਗੁਰੂ ਦੇ ਨਾਮ ਦੇ ਬੁੱਕ ਹੈ 164 ਰੁਪਏ ਦੀ ਬੁੱਕ ਹੈ ਹੈਨਾ ਦੇਖੋ ਇਹਦੇ ਵਿੱਚ ਮਿਲੂਗਾ ਕੀ ਕੀ ਤੁਹਾਨੂੰ ਕੰਪਿਊਟਰ ਆਸਾਨ ਪਾਸਾ ਵਿੱਚ ਥਿਉਰੀ ਪਲੱਸ ਐਮਸੀਕਿਊ 900 ਪਲੱਸ ਬਹੁ ਵਿਕਲਪੀ ਪ੍ਰਸ਼ਨ ਹੈ ਅੰਗਰੇਜ਼ੀ ਦੇ ਪੰਜਾਬੀ ਮੀਡੀਅਮ ਚ ਪ੍ਰੀਖਿਆ ਅਧਾਰਿਤ ਸਮਗਰੀ ਅਤੇ ਪੁਰਾਣੇ ਪੇਪਰਾਂ ਦੇ ਪ੍ਰਸ਼ਨ ਨੇ ਹੈਨਾ ਤਾਂ ਬੱਚੋ ਬਿਲਕੁਲ ਹੀ ਸਾਰੇ ਤੁਸੀਂ ਐਗਜ਼ਾਮ ਸਾਰਾ ਕੁਝ ਬੁੱਕ ਦੇ ਵਿੱਚ ਅਵੇਲੇਬਲ ਹੈ 164 ਰੁਪਏ ਦੀ ਬੁੱਕੇ ਨਾਲ ਬੈਚ ਫ੍ਰੀ ਹੈ ਦੇਖੋ ਇੱਕ ਕੋਡ ਲਾਣਾ ਪਊਗਾ ਕੋਡ ਤੁਹਾਨੂੰ ਪਤਾ ਹੀ ਹੈ ਬੁੱਕ ਪਰਚੇਸ ਕਰਨ ਵਾਸਤੇ ਕਿਹੜਾ ਲਾਣਾ ਹੈ ਹੈਨਾ Y727 ਕੋਡ ਲਾਣਾ ਪਊਗਾ ਪਲੇਸ ਤੁਹਾਨੂੰ ਕੀ ਹੈ কয়ನ್ಸ್ ইউজ ਕਰ ਲਓਗੇ ਤਾਂ ਇਹਦੇ ਨਾਲ ਕੀ ਮਿਲ ਜੂਗਾ ਬੱਚੋ ਬੈਚ ਫ੍ਰੀ ਮਿਲ ਜੂਗਾ ਹਾਂਜੀ ਬੈਚ ਫ੍ਰੀ ਪੀਡੀਐਫ ਮਿਲ ਜੂਗੀ ਹੈਨਾ ਬੈਚ ਫ੍ਰੀ ਪੀਡੀਐਫ ਮਿਲ ਜੂਗੀ ਦੋਨੇ ਭਾਸ਼ਾਵਾਂ ਦੇ ਵਿੱਚ ਬੁੱਕ ਮਿਲ ਜੂਗੀ ਹੋਰ ਕੀ ਚਾਹੀਦਾ ਬੱਚੋ ਹੈਨਾ ਹੋਰ ਕੀ ਚਾਹੀਦਾ ਤਾਂ ਜਿੰਨੇ ਬੱਚਿਆਂ ਨੇ ਨਹੀਂ ਪਰਚੇਸ ਕੀਤਾ ਹਲੇ ਤੱਕ ਜਲਦੀ ਜਾ ਕੇ ਪਹਿਲਾਂ ਬੁੱਕ ਤੇ ਮਹਾ ਪੈਕ ਪਰਚੇਸ ਕਰ ਲੋ ਆਪਾਂ 2 ਸਾਲ ਜਿੰਨੇ ਵੀ ਪੇਪਰ ਆਏ ਸਭ ਦੀ ਤਿਆਰੀ ਕਰਾਂਗੇ ਮਹਾ ਪੈਕ ਦੇ ਵਿੱਚ ਹੈਨਾ ਤੇ ਕੋਈ ਡਾਊਟ ਹੈ ਬੱਚੋ ਡਾਊਟ ਪੁੱਛ ਲੋ ਡਾਊਟ ਹੈ ਕਿਸੇ ਦਾ ਤਾਂ ਬੱਚੋ 쿠ਪਨ ਕੋਡ ਯਾਦ ਰੱਖਣਾ ਤੁਸੀਂ ਲੇਕਿਨ ਇਹ 쿠ਪਨ ਕੋਡ ਇਹ ਹੀ ਲਾਣਾ Y727 S ਲਾਣਾ ਬੁੱਕ ਲਈ ਤਾਂ ਕੋਰਸ ਲਈ ਕੀ ਲਾਣਾ ਪੈਰੇ ਬੱਚੋ Y727 ਲਾਣਾ हाँ जी बिल्कुल प्यारे बचो बिल्कुल तो यह एक सौ चौंह रुपये की बुक है लेकिन एक सौ अठवंजा रुपये की मिल जूगी कितने दी मिल जूगी प्यारे बचो एक सौ अठवंजा जो तो कोपन कोड अप्लाई कर देवोंगे ठीक है बचो तो डाउट है जल्दी जल्दी डाउट पूछ लो फिर मैं क्लास क्लोज करने वाला हाँ जी डाउट है बचो डाउट पूछो जल्दी जल्दी डाउट ਰੁਧਿਆ ਨੇ ਕਿਸ ਲੋਕੇਸ਼ਨ ਦੇ ਦਿਆ ਹਰਦੀਪ ਕੌਰ ਜੀ ਕੋਲ ਹੀ ਫਾਰਮ ਪਰ ਦੋ ਬੱਚੇ ਤੁਹਾਨੂੰ ਲੋਕੇਸ਼ਨ ਆ ਜੂਗੀ ਫਾਰਮ ਪਰ ਜਿਹੜਾ ਫਾਰਮ ਹੈ ਤਾਂ ਫਾਰਮ ਜ਼ਰੂਰ ਭਰ ਦਿਓ ਉਸ ਤੋਂ ਬਾਅਦ ਲੋਕੇਸ਼ਨ ਮਿਲ ਜੂਗੀ ਤੁਹਾਨੂੰ ਕਿਸ ਲੋਕੇਸ਼ਨ ਤੇ ਆ ਮੰਗੇ ਠੀਕ ਹੈ ਜੀ ਚਲੋ ਹਾਂਜੀ ਹੋਰ ਡਾਊਟ 스ਪੂਲਰ ਕੀ ਹੁੰਦਾ ਬੱਚੇ 스ਪੂਲਰ ਹੁੰਦਾ ਜਿਹੜਾ 스ਪੂਲਿੰਗ ਕਰਦਾ ਹੈ ਆਪਣਾ 스ਪੂਲਿੰਗ ਜਿਵੇਂ ਪ੍ਰਿੰਟਰ ਹੈ ਪ੍ਰਿੰਟਰ 'ਚ ਆਪਾਂ ਨੰਬਰ ਆਫ ਇਨਪੁਟਸ ਦੇ ਦਿੰਨੇ ਆ ਪ੍ਰਿੰਟਰ ਨੂੰ ਹੈਨਾ ਕਿ ਪ੍ਰਿੰਟਰ ਜੀ ਇਹ ਵੀ ਪ੍ਰਿੰਟ ਕਰ ਦੋ ਇਹ ਵੀ ਪ੍ਰਿੰਟ ਕਰ ਦੋ ਇਹ ਵੀ ਪ੍ਰਿੰਟ ਕਰ ਦੋ ਕੀ ਕਹਿੰਦਾ ਪਹਿਲਾਂ ਆਪਣੇ ਬਫਰ ਦੇ ਵਿੱਚ ਸਟੋਰ ਕਰਦਾ ਤੇ 1 ਬਾਈ 1 ਉਹਨਾਂ ਨੂੰ ਪ੍ਰੋਸੈਸ ਕਰਦੇ ਰਹਿੰਦਾ ਪਹਿਲਾਂ ਆਪਣੇ ਬਫਰ 'ਚ ਸਟੋਰ ਕਰਦਾ 1 ਬਾਈ 1 ਉਹਨਾਂ ਨੂੰ ਪ੍ਰੋਸੈਸ ਕਰਦੇ ਰਹਿੰਦਾ ਨੂੰ ਆਪਾਂ 스ਪੂਲਿੰਗ ਕਹਿੰਨੇ ਆ ਕੀ ਕਹਿੰਨੇ ਪਰ ਇਹ ਬੱਚੋ 스ਪੂਲਿੰਗ ਕਹਿੰਨੇ ਆ ਜਾਂ 스ਪੂਲਰ ਕਹਿੰਨੇ ਆ ਠੀਕ ਹੈ ਬੱਚੋ ਚਲੋ ਬਾਏ ਬਾਏ ਗੋਡ ਬlesਸ ਯੂ ਮਿਲਦੇ ਨੇ ਨੈਕਸਟ ਕਲਾਸ ਦੇ ਵਿੱਚ ਪੂਰੇ ਆਪਣੇ ਟਾਈਮ ਹੋ ਗਿਆ ਕਲਾਸ ਦਾ ਅਚ ਇੱਕ ਬੱਚੇ ਨੇ ਸਪੂਲਰ ਪੁੱਛਿਆ ਹੋਰ ਪੁੱਛੋ ਬੱਚੇ ਹੋਰ ਪੁੱਛੋ ਕਿਸੇ ਦਾ ਕੋਈ ਡਾਊਟ ਹੋਵੇ ਹਾਂਜੀ ਡਾਊਟ ਹੋਵੇ ਬੱਚੋ ਡਾਊਟ ਹੋਰ ਪੁੱਛ ਲਓ ਕਿਸੇ ਦਾ ਡਾਊਟ ਹੋਵੇ ਫਿਰ ਆਪਾਂ ਕਲਾਸ ਕਲੋਜ਼ ਕਰ ਰਹੇ ਹਾਂ